ਆਹ ਚੈੱਕ ਕਰੋ ਭਾਜੀ, ਪਿਓਰ ਪਸ਼ਮੀਨੇ ਦਾ ਸੂਟ ਆ ਮੇਰੇ ਵੀਰ ਜੀ, ਕੱਪੜੇ ਨੂੰ ਤੁਸੀਂ ਹੱਥ ਲਾ ਕੇ ਦੱਸੋ ਆਪਣੇ ਦਰਸ਼ਕਾਂ ਨੂੰ, ਆਹ ਪਿਓਰ ਪਸ਼ਮੀਨੇ ਦਾ ਸੂਟ ਹੈ, 2 ਕਿਲੋ ਦਾ ਸੂਟ ਹੈ ਭਾਜੀ, ਨਾਲ ਸ਼ਾਲ ਆਉਂਦੀ ਹੈ, ਇਹ ਸਾਡੇ ਕੋਲੋਂ ਤੁਹਾਨੂੰ ਬਹੁਤ ਸਸਤਾ ਮਿਲਣਾ ਭਾਜੀ, ਬਾਜ਼ਾਰ ਦੀ ਕੀਮਤ ਹੈ ਜੀ 450-500, ਸਾਡੇ ਕੋਲ ਹੋਲਸੇਲ ਦੇ ਵਿੱਚ ਸਿਰਫ 250 ਰੁਪਏ ਦਾ ਸੂਟ ਹੈ ਭਾਜੀ, ਅਤੇ ਡਿਜ਼ਾਇਨਾਂ ਦੀ ਭਰਮਾਰ ਲੱਗੀ ਹੈ ਮੇਰੇ ਵੀਰ ਜੀ, ਆਹ ਦੇਖੋ, ਇਹ ਨਹੀਂ ਕੋਈ ਇੱਕ ਡਿਜ਼ਾਇਨ ਦੇਣਾ, 2 ਡਿਜ਼ਾਇਨ ਦੇਣੇ, ਡਿਜ਼ਾਇਨ ਜਿੰਨੇ ਮਰਜ਼ੀ ਲਵੋ, 1000 ਡਿਜ਼ਾਇਨ ਮਿਲਣਗੇ ਭਾਜੀ, 250 ਦੀ ਰੇਂਜ, 250 ਦੀ ਰੇਂਜ, 250 'ਚ ਸ਼ਾਲ ਸੂਟ, 150 ਤੋਂ 200 ਡਿਜ਼ਾਇਨ ਮਿਲੇਗਾ, ਅਤੇ 500 ਦਾ ਸ਼ਰਤ ਲਾ ਕੇ ਕਹਿੰਦਾ ਜੀ, ਚੈਲੇਂਜ ਕਰਦਾ, ਸਾਡੇ ਕੋਲੋਂ 250 ਦਾ ਲੈ ਜਾਓ, 500 ਰੁਪਏ ਦੀ ਸੇਲ ਲਾ ਦਿਓ, ਦਿਨ 'ਚ 20 ਸੂਟ ਵਿਕਣਗੇ ਭਾਜੀ। ਸਿਲਕ ਦਾ ਸੂਟ ਆ ਭਾਜੀ, ਮੈਂ ਕਿਹਾ ਇਸ ਡਿਜ਼ਾਇਨ ਨੇ ਤਾਂ ਧਮਾਲਾਂ ਪਾਈਆਂ ਹੋਈਆਂ ਪੂਰੀਆਂ, ਆਹ ਲਓ ਜੀ ਪਿਓਰ ਸਿਲਕ ਦਾ ਸੂਟ, ਚਮਚਮਾਉਂਦਾ ਹੋਇਆ ਪਿਓਰ ਸਿਲਕ ਦਾ ਸੂਟ, ਨਾਲ ਆਏਗਾ ਜੀ ਸਲਵਾਰ 'ਤੇ ਕੰਮ, ਆਹ ਦੇਖੋ ਜੀ ਪੂਰੀ 3 ਮੀਟਰ ਦੀ ਸਲਵਾਰ ਹੈ, 3 ਮੀਟਰ ਸਲਵਾਰ 'ਤੇ ਕੰਮ ਹੈ ਭਾਜੀ, ਆਹ ਚੈੱਕ ਕਰ ਲਓ, 3 ਮੀਟਰ ਸਲਵਾਰ 'ਤੇ ਕੰਮ, ਨਾਲ ਔਰਗੈਂਜਾ ਦਾ ਦੁਪੱਟਾ ਕੰਟਰਾਸਟ। ਸੋ ਬਿਲਕੁਲ ਜੀ, ਬੜਾ ਹੀ ਕਮਾਲ ਦਾ ਆਰਟੀਕਲ ਆ, ਹੁਣ ਇਹਦੇ ਰੇਟ ਤੋਂ ਭਾਜੀ ਵਾਕਈ ਪਤਾ ਲੱਗੂਗਾ ਕਿ ਵਾਕਈ ਦੱਸਣਾ ਹੈਣਾ, ਹਾਂਜੀ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਣੀ ਹੈ ਭਾਜੀ। ਕਿੰਨਾ ਰੇਟ ਦੇ ਰਹੇ ਹੋ ਇਹਦਾ ਫਿਰ? 1000-1200, 350 ਰੁਪਏ ਦਾ ਸੂਟ ਆ ਭਾਜੀ। ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਨਗੇ ਭਾਜੀ, ਕਿੰਨੇ ਆਰਟੀਕਲ ਲਾ ਦਈਏ ਦੱਸੋ? 10 ਸੂਟ ਦੇ ਦਾਂਗੇ, ਜਿੱਦਾਂ ਕਿ ਹੁਣ ਤੁਸੀਂ ਸ਼ੇਅਰ ਕਰ ਰਹੇ ਹੋ, ਬਿਲਕੁਲ ਠੀਕ, ਤੁਸੀਂ ਸ਼ੇਅਰ ਕੀਤਾ ਨਾ, ਆ ਸੂਟ ਤੁਹਾਡੇ ਘਰੇ ਪਹੁੰਚੇਗਾ ਜੀ, 10 ਲੱਕੀ ਵਿਨਰ ਨੂੰ ਤੁਸੀਂ ਸ਼ੇਅਰ ਕਰਦਾ, ਤੁਹਾਡੇ ਘਰੇ ਸੂਟ ਪਹੁੰਚੇਗਾ ਜੀ, 4 ਤੋਂ 5 ਦਿਨ ਦੇ ਵਿੱਚ ਤੁਹਾਡੇ ਘਰੇ ਸੂਟ ਪਹੁੰਚੇਗਾ, ਆਪਣਾ ਐਡਰੈਸ ਭੇਜੋ, ਫਟਾਫਟ ਤੁਹਾਨੂੰ ਸੂਟ ਭੇਜੀਏ। ਸੋ ਬਿਲਕੁਲ ਜੀ, ਵੀਡੀਓ ਨੂੰ ਸ਼ੇਅਰ ਕਰੋ, ਸ਼ੇਅਰ ਟੂ ਗਰੁੱਪ ਕਰੋ, ਅਤੇ ਇਸ ਤਰ੍ਹਾਂ ਦੇ ਆਰਟੀਕਲ ਕੋਈ 10 ਲੱਕੀ ਭੈਣ ਭਰਾਵਾਂ ਦੇ ਘਰੇ ਭੇਜਾਂਗੇ, ਅੰਗੂਠਿਆਂ ਨੂੰ ਚਲਾਓ, ਵੀਡੀਓ ਨੂੰ ਕਰੋ ਸ਼ੇਅਰ, ਸ਼ੇਅਰ ਟੂ ਗਰੁੱਪ ਕਰ ਦਿਓ ਜੀ। ਜੇ ਤੁਸੀਂ ਰੀਸੇਲਰ ਹੋ, ਘਰੇ ਕੱਪੜਾ ਦਾ ਕੰਮ ਕਰਦੇ ਆ ਰਹੇ ਹੋ, ਤੁਸੀਂ ਚਾਹੇ 50 ਦੁਕਾਨਾਂ ਹੁਣ ਤੱਕ ਘੁੰਮ ਚੁੱਕੇ ਹੋ, ਇੱਕ ਵਾਰੀ ਪੂਰਨ ਚੰਦ ਕੰਪਨੀ ਸਟੋਰ 'ਤੇ ਵਿਜ਼ਿਟ ਕਰ ਲਓ, ਮੈਂ ਕਹਿੰਦਾ ਜੀ ਜਿੰਨੇ ਪੈਸੇ ਤੁਸੀਂ 6 ਮਹੀਨਿਆਂ 'ਚ ਕਮਾਏ ਨਾ, ਉਨੇ ਪੈਸੇ ਤੁਹਾਨੂੰ 15 ਦਿਨ 'ਚ ਕਮਾ ਕੇ ਦੇਵਾਂਗੇ ਸਾਡੇ ਨਾਲ ਜੁੜ ਕੇ, ਅਤੇ ਜੇ ਤੁਸੀਂ ਕੱਪੜੇ ਦਾ ਕੰਮ ਕਰਨ ਦਾ ਸੋਚ ਰਹੇ ਹੋ, ਅਤੇ ਇੱਕ ਵਾਰੀ ਸਾਡੀ ਵਰਾਇਟੀ ਦੇਖ ਲਓ, ਨਾ ਚਾਹੁੰਦੇ ਹੋਏ ਵੀ ਤੁਸੀਂ ਇੱਥੇ ਆਉਣ 'ਤੇ ਮਜਬੂਰ ਹੋ ਜਾਓਗੇ, ਆਹ ਦੇਖੋ ਹਾਲੇ 350 ਵਾਲੇ ਭਾਜੀ ਖਤਮ ਨਹੀਂ ਹੋਏ, ਹਾਲੇ ਤਾਂ ਲਾਈਨ ਲੱਗਣੀ ਹੈ 350 ਵਾਲੇ ਡਿਜ਼ਾਇਨਾਂ ਦੀ, ਆਹ ਦੇਖੋ ਜੀ ਸੂਟ ਘੇਰਾ, ਨਾਲ ਆਏਗਾ ਜੀ ਔਰਗੈਂਜਾ ਦਾ ਦੁਪੱਟਾ, ਸਿਰਫ 350 ਦੀ ਰੇਂਜ ਆ ਭਾਜੀ, ਇੱਦਾਂ ਦੇ ਸੂਟ 350-350 'ਚ ਦੇਣੇ ਭਾਜੀ ਪੂਰੇ ਜਾਲ। ਦੇਖੋ ਇੱਦਾਂ ਦੇ ਧਮਾਕੇ ਦਾ ਆਰਟੀਕਲ ਆ ਮੇਰੇ ਪਿੰਡਾਂ ਦੇ ਵਿੱਚ, ਮੇਰੀਆਂ ਭੈਣਾਂ ਨੂੰ ਪਤਾ ਹੋਣਾ ਕਿ ਇਹ ਡਿਜ਼ਾਇਨ ਕਿੰਨਾ ਪਾਪੂਲਰ ਹੈ, 2-2 ਹਜ਼ਾਰ, 2500-2500, 3-3 ਹਜ਼ਾਰ ਰੁਪਏ ਦਾ ਸੂਟ ਵਿਕ ਰਿਹਾ ਭਾਜੀ, ਕਈਆਂ ਨੇ ਲਿੱਤਾ ਵੀ ਹੋਣਾ, ਮੈਂ ਇਹਦਾ ਹੋਲਸੇਲ ਰੇਟ ਤੁਸੀਂ ਸੁਣ ਕੇ ਹੈਰਾਨ ਹੋਇਆ ਭਾਜੀ, 675 ਰੁਪਏ ਦਾ ਸੂਟ ਦੇ ਦਿਆਂਗੇ ਜੀ। ਸੋ ਲਓ ਜੀ ਤੁਸੀਂ ਇੱਥੋਂ ਹਿਸਾਬ ਲਗਾ ਲਓ ਕਿ 675 ਦਾ ਤੁਸੀਂ ਸੂਟ ਲੈ ਕੇ ਜਾਓਗੇ, ਤਾਂ ਤੁਸੀਂ ਹੱਸ ਕੇ 1500 ਦਾ ਵੇਚੋ, ਤਾਂ ਵੀ ਲੋਕਾਂ ਨੇ ਕਹਿਣਾ ਬੜਾ ਸਸਤਾ ਵਾ, ਆ ਭਾਜੀ ਦਿਖਾਓ ਜ਼ਰਾ ਕੁ, ਸਾਡੇ ਸ਼ਹਿਰਾਂ ਦੇ ਵਿੱਚ ਵੀ ਇਹਦਾ ਆਰਟੀਕਲ ਦਾ 2000 ਮੰਗਦੇ ਆ, ਗਾਹਕ 1800 ਦਿੰਦਾ, 1700 ਦਿੰਦਾ, ਅਤੇ ਖੁਸ਼ ਹੋ ਕੇ ਚੱਲ ਜਾਂਦਾ ਜੀ, ਸਾਡੀ ਤਾਂ ਬੱਚਤ ਹੋ ਗਈ ਆ। ਪਰ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੇ ਆਰਟੀਕਲ ਤੁਸੀਂ ਪੂਰਨ ਚੰਦ ਐਂਡ ਕੰਪਨੀ ਤੋਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਲੈ ਕੇ ਜਾਓ, ਅਤੇ ਭਾਵੇਂ ਤੁਸੀਂ 1500 'ਚ ਵੇਚੋ, ਭਾਵੇਂ 1400 'ਚ, ਤੁਹਾਡੀਆਂ ਬੱਚਤਾਂ ਹੋਣਗੀਆਂ। ਪਰ ਬੁਟੀਕ ਦਾ ਸੂਟ ਆ ਚੈੱਕ ਕਰ ਲਓ ਜੀ, ਪਿਓਰ ਬੁਟੀਕ ਦਾ ਸੂਟ, ਨਾਲ ਹੈਵੀ ਦੁਪੱਟਾ ਭਾਜੀ, ਫੁਲਕਾਰੀ ਦਾ ਦੁਪੱਟਾ, ਬਾਜ਼ਾਰ ਵਿਕਦਾ 1500-1500 ਦਾ, ਆਪਾਂ ਦੇ ਦੇਣਾ ਜੀ ਸਿਰਫ 425 ਰੁਪਏ ਦਾ ਸੂਟ, ਨਾਲ 4-4 ਰੰਗ ਸਾਰੇ 'ਚ ਮਿਲਣੇ ਆ ਜੀ, ਚੈੱਕ ਕਰ ਲਓ ਜੀ ਰੰਗ। ਸੋ ਬਿਲਕੁਲ ਭਾਜੀ, ਇੱਧਰ ਨਾ ਜਰਾ ਕਿ ਇੱਧਰ ਫੁਲਕਾਰੀ ਵਾਲਾ ਪਹਿਲੂ, ਅਤੇ ਦੁਪੱਟਾ ਦਿਖਾਓ, ਮਾਰਕੀਟ ਦੇ ਵਿੱਚ ਇਕੱਲਾ ਦੁਪੱਟਾ ਤੁਹਾਨੂੰ 400-500 ਦਾ ਮਿਲਣਾ ਵਾ, ਅਤੇ ਇੱਥੇ ਤੁਹਾਨੂੰ ਦੁਪੱਟਾ ਵੀ ਦਿਆਂਗੇ, ਅਤੇ ਨਾਲ ਸੂਟ ਵੀ ਦਿਆਂਗੇ, ਅਤੇ ਮਾਲ ਸੈੱਟ ਵਾਈਸ ਦਿਆਂਗੇ। ਸੋ ਜੇਕਰ ਕੱਪੜੇ ਦੇ ਕੰਮ ਦੀ ਸ਼ੁਰੂਆਤ ਕਰਨੀ ਆ, ਅਤੇ ਛੇਤੀ ਛੇਤੀ ਆਓ, ਸੋਚਦੇ ਨਾ ਰਹਿ ਜਿਓ, ਕਿਉਂਕਿ ਇੱਥੇ ਤੁਹਾਡੇ ਫਾਇਦੇ ਕਰਾਂਗੇ। ਇੱਧਰ ਆਰਟੀਕਲ ਦੇਖੋ ਕਿੱਡੇ ਕਮਾਲ ਦੇ, ਅੱਜ ਦੀ ਤਰੀਕ ਦੇ ਵਿੱਚ ਮਹਿੰਗਾਈ ਬਹੁਤ ਵੱਧ ਰਹੀ ਹੈ, ਜੇ ਤੁਸੀਂ ਕਹੋ ਕਿ ਇੱਕ ਬੰਦਾ ਘਰ 'ਚ ਨੌਕਰੀ ਕਰਕੇ ਪੂਰੇ ਪਰਿਵਾਰ ਨੂੰ ਪਾਲ ਲੇਗਾ, ਇੱਦਾਂ ਬਿਲਕੁਲ ਨਹੀਂ ਜੇ ਹੋਣਾ, ਟਾਈਮ ਦੇ ਹਿਸਾਬ ਨਾਲ ਬਦਲ ਜਾਓ, ਸਮੇਂ ਦੇ ਹਿਸਾਬ ਨਾਲ ਬਦਲ ਜਾਓ। ਜਿਹੜੇ ਲੋਕਾਂ ਨੇ ਸਾਡੇ ਨਾਲ ਜੁੜ ਕੇ ਕੱਪੜੇ ਦਾ ਕੰਮ ਕਰ ਲਿਆ ਸੀ 4 ਮਹੀਨੇ ਪਹਿਲੇ 6 ਮਹੀਨੇ ਪਹਿਲੇ, ਅੱਜ ਉਹ 50,000 ਤੋਂ ਲੈ ਕੇ 1,00,000 ਰੁਪਏ ਮਹੀਨਾ ਕਮਾ ਰਹੇ ਆ, ਅਤੇ ਜੇ ਤੁਸੀਂ ਵੀ ਸੋਚ ਰਹੇ ਹੋ, ਸੋਚ ਸੋਚ ਕੇ ਟਾਈਮ ਨਾ ਖਰਾਬ ਕਰੋ, 90% ਲੋਕ ਸਿਰਫ ਵੀਡੀਓ ਦੇਖਦੇ ਆ, ਅਗਲੇ ਦਿਨ ਸੋਚਦੇ ਮੈਂ ਜਾਣਾ ਜਾਣਾ ਜਾਣਾ, 4 ਦਿਨ ਬਾਅਦ ਭੁੱਲ ਜਾਂਦੇ ਆ,
90% ਲੋਕ ਇੱਦਾਂ ਦੇ, ਲੇਕਿਨ 10% ਲੋਕ ਇੱਦਾਂ ਦੇ ਵੀ ਹੁੰਦੇ ਜਿਹੜੇ ਮਨ ਬਣਾਉਂਦੇ ਕਿ ਅਸੀਂ ਕੰਮ ਕਰਨਾ ਹੈ, ਉਹ ਪੂਰਨ ਚੰਦ ਕੰਪਨੀ ਦੇ ਆਉਂਦੇ ਹੈ ਅਤੇ 2 ਮਹੀਨੇ ਬਾਅਦ ਉਹਨਾਂ ਦੀ ਖੁਦ ਦੀ ਜ਼ਬਾਨ ਹੁੰਦੀ ਹੈ, ਵਰਡਿੰਗ ਹੁੰਦੀ ਹੈ ਕਿ ਭਾਅ ਜੀ ਅਸੀਂ ਸਾਰੀ ਉਮਰ ਘਰ ਵਿਹਲੇ ਬਹਿ ਕੇ ਕੱਢਤੀ, ਹੁਣ ਮਜ਼ਾ ਆ ਰਿਹਾ, 2-4 ਹਜ਼ਾਰ ਰੁਪਇਆ ਕਮਾਉਣਾ ਕੋਈ ਔਖਾ ਹੈ ਹੀ ਨਹੀਂ। ਸੋ ਦੋਸਤੋ, ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਇੱਕ ਨਾਮ ਜਿਹੜਾ ਵਾ ਜ਼ੋਰਾਂ ਸ਼ੋਰਾਂ ਦੇ ਨਾਲ ਗੂੰਜ ਰਿਹਾ ਵਾ, ਪੂਰਨ ਚੰਦ ਐਂਡ ਕੰਪਨੀ। ਸੋ ਜਿੱਥੇ ਵੀ ਹੋਲਸੇਲ ਦੇ ਵਿੱਚ ਕੱਪੜੇ ਦੀ ਗੱਲ ਆਉਂਦੀ ਆ ਅਤੇ ਲੋਕਾਂ ਦੀ ਜ਼ੁਬਾਨ 'ਤੇ ਕੋਈ ਇੱਕ ਨਾਮ ਆਉਂਦਾ ਵਾ ਪੂਰਨ ਚੰਦ ਐਂਡ ਕੰਪਨੀ, ਪੂਰਨ ਚੰਦ ਐਂਡ ਕੰਪਨੀ, ਸੋ ਕੀ ਖਾਸੀਅਤ ਆ ਉਹ ਤੁਹਾਨੂੰ ਦਿਖਾਉਂਦੇ ਹਾਂ। ਸੋ ਭਾਅ ਜੀ ਚਰਚੇ ਬੜੇ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਨਾਮ ਸੁਣੀ ਦਾ ਪੂਰਨ ਚੰਦ ਐਂਡ ਕੰਪਨੀ, ਕੀ ਵਰਾਇਟੀਆਂ ਲੈ ਕੇ ਆਏ ਜੀ, ਕੀ ਰੇਟ ਦੇ ਰਹੇ ਜੀ? ਵਰਾਇਟੀ ਵਰਾਇਟੀ ਆ, ਸਾਡੇ ਕੋਲ ਆ ਕੇ ਵਰਾਇਟੀ ਨਹੀਂ ਪੁੱਛਣੀ, ਸਾਡੇ ਕੋਲ ਵਰਾਇਟੀ ਦੀ ਭਰਮਾਰ ਹੈ ਭਾਅ ਜੀ। ਸੂਟਾਂ ਦਾ ਸਮੁੰਦਰ ਹੈ ਪੂਰਨ ਚੰਦ ਕੰਪਨੀ। ਆਹ ਦੇਖੋ ਅੱਜ ਜਿਹੜਾ ਕੱਪੜਾ ਵੇਚਿਆ ਇਹ ਸਾਰਾ ਮਾਲ ਭਾਅ ਜੀ ਅੱਜ ਵੇਚਿਆ, ਇੱਕ ਇੱਕ ਪਾਰਸਲ 'ਚ 200-200, 300-300 ਸੂਟ ਪਿਆ ਭਾਅ ਜੀ। ਫਰੀਦਕੋਟ ਦਾ ਗਾਹਕ ਹੈ, 3 ਪਾਰਸਲ ਲੈ ਗਿਆ। ਇਹ ਅੰਬਾਲੇ ਦੇ ਪਾਰਸਲ ਹੈ, ਇਹ ਭਾਅ ਜੀ ਹਿਮਾਚਲ ਕਾਂਗੜਾ ਡਿਸਟ੍ਰਿਕਟ ਦਾ ਪਾਰਸਲ ਹੈ, ਇਹ ਹਮੀਰਪੁਰ ਤੋਂ। ਇਹ 2-3 ਗਾਹਕ ਸਾਡੇ ਕੋਲ ਅੱਜ ਹਰਿਆਣੇ ਤੋਂ ਆਏ ਸੀ, ਉਹਨਾਂ ਨੇ ਫੇਰੀ ਦਾ ਕੰਮ ਕਰਨਾ ਸੀ, ਸਾਰਾ ਮਾਲ ਫੇਰੀ ਵਾਸਤੇ ਲੈ ਕੇ ਗਏ ਹੈ। 150-200 ਵਾਲੇ ਸੂਟ, 250 ਵਾਲੇ ਸੂਟ, ਹਰ ਤਰ੍ਹਾਂ ਦੀ ਵਰਾਇਟੀ ਮਿਲਦੀ ਭਾਅ ਜੀ ਪੂਰਨ ਚੰਦ ਕੰਪਨੀ ਤੋਂ। ਪੂਰਾ ਹੋਲਸੇਲ ਦਾ ਕੰਮ ਹੈ, 50 ਸਾਲ ਦਾ ਐਕਸਪੀਰੀਅੰਸ ਆ ਭਾਅ ਜੀ ਸਾਨੂੰ, ਕੋਈ ਅੱਜ ਦੀ ਦੁਕਾਨ ਨਹੀਂ ਹੈਗੀ ਸਾਡੀ। ਔਰ ਜੇ ਬਾਜ਼ਾਰ 'ਚ ਪੂਰੇ ਸ਼ਹਿਰ 'ਚ ਪੂਰੇ ਪੰਜਾਬ 'ਚ ਪੂਰਨ ਚੰਦ ਹੋਈ ਪਈ ਹੈ, ਉਹਦਾ ਇੱਕ ਮਕਸਦ, ਇੱਕ ਮਤਲਬ ਹੈ, ਸਾਡੇ ਰੇਟ ਬੋਲਦੇ ਆ, ਸਾਡੀ ਕੁਆਂਟਿਟੀ ਬੋਲਦੀ ਹੈ। ਅਤੇ ਭਾਅ ਜੀ ਜਿਸ ਤਰ੍ਹਾਂ ਕਿ ਸਰਦੀਆਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਆ, ਫਿਰ ਦੱਸੋ ਗਰਮ ਦੇ ਵਿੱਚ ਕੀ ਵਰਾਇਟੀਆਂ ਲੈ ਗਏ? ਭਾਅ ਜੀ ਗਰਮ 'ਚ ਤੁਹਾਨੂੰ ਸਭ ਤੋਂ ਹੌਟ ਕੇ ਇੱਕ ਤੋਹਫ਼ਾ ਦੇਵਾਂਗੇ ਭਾਅ ਜੀ। ਆਹ ਦੇਖੋ ਸੂਟ, ਆਹ ਚੈੱਕ ਕਰੋ ਭਾਅ ਜੀ, ਪਿਓਰ ਪਸ਼ਮੀਨੇ ਦਾ ਸੂਟ ਹੈ ਮੇਰੇ ਵੀਰ ਜੀ, ਕੱਪੜੇ ਨੂੰ ਤੁਸੀਂ ਹੱਥ ਲਾ ਕੇ ਦੱਸੋ ਆਪਣੇ ਦਰਸ਼ਕਾਂ ਨੂੰ। ਆਹ ਪਿਓਰ ਪਸ਼ਮੀਨੇ ਦਾ ਸੂਟ ਹੈ, 2 ਕਿਲੋ ਦਾ ਸੂਟ ਹੈ ਭਾਅ ਜੀ, ਨਾਲ ਸ਼ਾਲ ਆਉਂਦੀ ਹੈ। ਇਹ ਸਾਡੇ ਕੋਲੋਂ ਤੁਹਾਨੂੰ ਬਹੁਤ ਸਸਤਾ ਮਿਲਣਾ ਭਾਅ ਜੀ, ਬਾਜ਼ਾਰ ਦੀ ਕੀਮਤ ਹੈ ਜੀ 450-500, ਸਾਡੇ ਕੋਲ ਹੋਲਸੇਲ ਦੇ ਵਿੱਚ ਸਿਰਫ 250 ਰੁਪਏ ਦਾ ਸੂਟ ਹੈ ਭਾਅ ਜੀ। ਅਤੇ ਡਿਜ਼ਾਇਨਾਂ ਦੀ ਭਰਮਾਰ ਲੱਗੀ ਆ ਮੇਰੇ ਵੀਰ ਜੀ। ਆਹ ਦੇਖੋ, ਇਹ ਨਹੀਂ ਕੋਈ ਇੱਕ ਡਿਜ਼ਾਇਨ ਦੇਣਾ, 2 ਡਿਜ਼ਾਇਨ ਦੇਣੇ, ਡਿਜ਼ਾਇਨ ਜਿੰਨੇ ਮਰਜ਼ੀ ਲਵੋ, 1000 ਡਿਜ਼ਾਇਨ ਮਿਲਣਗੇ ਭਾਅ ਜੀ। 250 ਦੀ ਰੇਂਜ, 250 ਦੀ ਰੇਂਜ, 250 'ਚ ਸ਼ਾਲ ਸੂਟ, 150-200 ਡਿਜ਼ਾਇਨ ਮਿਲੇਗਾ। ਅਤੇ 500 ਦਾ ਸ਼ਰਤ ਲਾ ਕੇ ਕਹਿੰਦਾ ਜੀ, ਚੈਲੇਂਜ ਕਰਦਾ, ਸਾਡੇ ਕੋਲੋਂ 250 ਦਾ ਲੈ ਜਾਓ, 500 ਰੁਪਏ ਦੀ ਸੇਲ ਲਾ ਦਿਓ, ਦਿਨ 'ਚ 20-20 ਸੂਟ ਵਿਕਣਗੇ ਭਾਅ ਜੀ। ਸੋ ਬਿਲਕੁਲ ਜੀ ਭਾਅ ਜੀ, ਇੱਧਰ ਫੋਕਸ ਮਾਰ ਕੇ ਦਿਖਾ ਦਿਓ ਕੱਪੜੇ ਦਾ ਫੀਲ, ਦਿਖਾ ਦਿਓ ਇੱਧਰ ਸ਼ੋਲ, ਦਿਖਾ ਦਿਓ ਕਿੱਡਾ ਕਮਾਲ ਦਾ ਵਾ, ਅਤੇ ਕੱਪੜਾ ਬਹੁਤ ਹੀ ਜ਼ਿਆਦਾ ਨਜ਼ਾਰੇਦਾਰ ਹੈ। ਅਤੇ ਸਿਰਫ ਅਤੇ ਸਿਰਫ 250-250 ਦੇ ਵਿੱਚ ਇਸ ਤਰ੍ਹਾਂ ਦੀਆਂ ਵਰਾਇਟੀਆਂ ਤੁਹਾਨੂੰ ਮਿਲਣਗੀਆਂ। ਸੋ ਜੇਕਰ ਕੱਪੜੇ ਦੇ ਨਵੇਂ ਕੰਮ ਦੀ ਸ਼ੁਰੂਆਤ ਕਰਨ ਬਾਰੇ ਸੋਚ ਰਹੇ ਜੀ, ਹੁਣ ਸੋਚੋ ਨਾ, ਸਿੱਧਾ ਪੂਰਨ ਚੰਦਨ ਕੰਪਨੀ ਦੇ ਆ ਜਾਓ। ਅਤੇ ਇੱਧਰ ਭਾਅ ਜੀ, ਇੱਧਰ ਵੀ ਬੜੀਆਂ ਵਰਾਇਟੀਆਂ ਪਈਆਂ ਨੇ ਅੱਜਕੱਲ੍ਹ ਦਿਖਾਓ ਭਾਅ ਜੀ। ਇਹ ਸਾਰੇ ਵਧੀਆ ਬ੍ਰਾਂਡਿਡ ਕੰਪਨੀਆਂ ਦੇ ਮਾਲ ਹੈ, ਜਿਹੜੇ 1000-1000 ਰੁਪਏ ਦਾ ਸੂਟ ਬਾਜ਼ਾਰ 'ਚ ਲੋਕ ਵੇਚਦੇ ਪਏ ਆ। ਤੁਸੀਂ ਹੈਰਾਨ ਹੋ ਜਾਣਾ ਭਾਅ ਜੀ ਇਹਨਾਂ ਦੀ ਰੇਂਜ ਸੁਣ ਕੇ, 450-450 'ਚ ਸੂਟ ਦੇ ਦਾਂਗੇ ਭਾਅ ਜੀ, ਬਾਜ਼ਾਰ 'ਚ 1000 ਰੁਪਏ ਦਾ ਵਿਕਦਾ, ਔਰ ਡਿਜ਼ਾਇਨ 150-200 ਦੇ ਦਾਂਗੇ ਭਾਅ ਜੀ। ਸ਼ਾਲਾ 2.5 ਮੀਟਰ ਦੀ ਸ਼ੋਲ ਆਏਗੀ ਨਾਲ, ਪਿਓਰ ਗਰਮ ਸੂਟ ਹੈ, ਹਿਮਾਚਲ ਵਾਲੇ ਧਿਆਨ ਰੱਖਿਓ ਵੀਡੀਓ ਦਾ, ਗਰਮ ਸੂਟਾਂ ਦੇ ਵਿੱਚ ਤੁਹਾਡਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਭਾਅ ਜੀ। ਪਹਿਲੇ ਇਹਦੀ ਹੋਲਸੇਲ ਦੀ ਕੀਮਤ ਸੀ 765 ਰੁਪਈਏ, ਆਪਾਂ ਇਕੱਠਾ ਲਾਣ ਚੱਕਿਆ, 25,000 ਤੋਂ 30,000 ਸੂਟ ਕੰਪਨੀ ਤੋਂ ਮੰਗਾਇਆ ਭਾਅ ਜੀ। ਅਸੀਂ 450-450 ਤੋਂ ਸ਼ੁਰੂ ਕਰਦੇ ਭਾਅ ਜੀ, ਇਹੋ ਜਿਹੇ ਡਿਜ਼ਾਇਨਰ ਸੂਟ 1000-1000 ਰੁਪਏ ਦਾ ਵਿਕੇਗਾ ਤੁਹਾਡਾ ਜਾ ਕੇ। ਔਰ ਨਵਾਂ ਕੰਮ ਕਰਨ ਵਾਲਿਆਂ ਵਾਸਤੇ ਇੱਕ ਹੋਰ ਮੈਂ ਗੱਲ ਦੱਸਦਾ ਜੀ, ਕੋਈ ਲੱਖਾਂ ਰੁਪਏ ਲਾਉਣ ਦੀ ਲੋੜ ਨਹੀਂ, ਕੋਈ ਡਰਨ ਦੀ ਲੋੜ ਨਹੀਂ, ਐਵੇਂ ਤੁਹਾਡੇ ਦਿਮਾਗ 'ਚ ਗੱਲ ਆਉਂਦੀ ਹੋਏਗੀ ਕਿ 2 ਲੱਖ ਦਾ ਕੰਮ ਸ਼ੁਰੂ ਹੋਣਾ, 4 ਲੱਖ ਦਾ ਕੰਮ ਸ਼ੁਰੂ ਹੋਣਾ। 25,000 ਰੁਪਈਆ, ਸਿਰਫ 20-25,000 ਰੁਪਏ ਨਾਲ ਘਰ ਬੈਠੇ ਕੰਮ ਸ਼ੁਰੂ ਕਰ ਸਕਦੇ ਹੋ, ਔਰ 2-3 ਹਜ਼ਾਰ ਰੋਜ਼ ਦਾ ਬਣਾ ਸਕਦੇ ਹੋ ਸਿਰਫ 4 ਸੂਟ ਰੋਜ਼ ਦੇ ਵੇਚ ਕੇ। ਸੋ ਬਿਲਕੁਲ ਜੀ, ਇੱਧਰ ਵੀ ਭਾਅ ਜੀ ਵਰਾਇਟੀਆਂ ਦਿਖਾ ਦਿਓ, ਕਿ ਇੱਧਰ ਵੀ ਤੁਹਾਡੇ ਵਾਸਤੇ ਪਾਰਸਲਾਂ ਦੇ ਪਾਰਸਲ ਆ ਚੁੱਕੇ ਆ ਲਓ ਜੀ। ਇੱਧਰ ਦੇਖੋ ਜਿੰਨਾ ਮਰਜ਼ੀ ਵੀ ਪਛਾਣ, ਇੰਨਾ ਵਰਾਇਟੀਆਂ ਤਾਂ ਹੁੰਦੀਆਂ ਲਓ ਜੀ, ਵਰਾਇਟੀਆਂ ਤੁਹਾਡੇ ਵਾਸਤੇ ਇੱਧਰ ਵੇਖੋ ਭਾਅ ਜੀ। ਸਾਰੇ ਸਰਦੀਆਂ ਦੇ ਮਾਲ ਹੈ ਭਾਅ ਜੀ, ਕੁਆਂਟਿਟੀ ਬਹੁਤ ਹੈ। ਇਹ ਤਾਂ ਜਿੰਨਾ, ਇਹ ਤਾਂ ਤੁਸੀਂ ਹਾਲੇ ਟ੍ਰੇਲਰ ਦੇਖ ਲਿਓ, ਫਿਲਮ ਦਾ ਤੁਹਾਨੂੰ ਅੰਦਰ ਦਿਖਾਣੀ ਆ ਭਾਅ ਜੀ। ਦੇਖੋ ਸਭ ਤੋਂ ਪਹਿਲੇ ਬੁਟੀਕ ਦਾ ਸੂਟ ਹੈ ਭਾਅ ਜੀ, ਪਿਓਰ ਕਾਟਨ ਦਾ ਬੁਟੀਕ ਦਾ ਸੂਟ ਆ ਗਿਆ ਜੀ। ਮੈਂ ਕਹਿੰਦਾ ਜੀ 450-500 ਵਿਕਦਾ ਜੀ, ਸਾਡੇ ਕੋਲ ਦੀ ਕੀਮਤ ਸਿਰਫ 190 ਰੁਪਏ ਭਾਅ ਜੀ। 190 ਰੁਪਏ ਦੇ ਵਿੱਚ ਸੂਟ ਭਾਅ ਜੀ, 190 ਰੁਪਏ ਦਾ ਸੂਟ, ਕਢਾਈ ਕੀਤਾ ਕਰਾਇਆ ਪੂਰਾ, 5 ਮੀਟਰ ਦਾ ਸੂਟ ਹੋਏਗਾ ਭਾਅ ਜੀ, 400 ਦਾ ਵੇਚ ਲਓ, 400 ਦਾ ਵਿਕ ਜਾਏਗਾ। ਨਵੀਂ ਆਈਟਮ ਭਾਅ ਜੀ, ਉਸ ਤੋਂ ਅੱਗੇ ਚੈੱਕ ਕਰੋ ਜੀ, ਪਿਓਰ ਬੁਟੀਕ ਦੇ ਸੂਟ ਹੈਗੇ ਭਾਅ ਜੀ, ਤੁਹਾਡਾ ਮਨ ਖੁਸ਼ ਹੋ ਜਾਏਗਾ ਦੇਖ ਕੇ। ਆਹ ਦੇਖੋ,
ਇਹ ਆ ਗਿਆ ਜੀ ਕੱਪੜਾ ਪਿਓਰ ਫਿਓਨਾ, ਪਿਓਰ ਫਿਓਨਾ ਦੇ ਘੇਰਾ ਆ ਗਿਆ ਜੀ, ਆਹ ਦੇਖੋ ਓਰੀਜਨਲ ਘੇਰਾ ਆ ਗਿਆ ਭਾਜੀ, ਨਾਲ ਦੇ ਦੇਵਾਂਗੇ ਦੁਪੱਟਾ ਹੈਵੀ ਫੋਰਸੈਡ ਕੱਢਿਆ ਹੋਇਆ, ਆਹ ਲਓ ਜੀ ਹੈਵੀ ਫੋਰਸੈਡ ਦੁਪੱਟਾ ਕੱਢਿਆ, ਬਾਜ਼ਾਰ ਭਾਜੀ 1000-1000 ਰੁਪਏ ਦਾ ਸੂਟ ਵਿਕਦਾ, ਆਪਾਂ ਕਿੰਨੇ ਦਾ ਦੇਣਾ 295 ਰੁਪਏ ਦਾ ਭਾਜੀ, 295 ਰੁਪਏ ਦੇ ਵਿੱਚ ਭਾਜੀ ਇਹ ਪੂਰਨ ਚੰਦ ਕੰਪਨੀ ਆ, ਹੋਲਸੇਲ ਦੀ ਦੁਕਾਨ 'ਤੇ ਖੜੇ ਹੋ ਤੁਸੀਂ, ਇੱਦਾਂ ਨਹੀਂ ਪੂਰੇ ਪੰਜਾਬ 'ਚ ਪੂਰਨ ਚੰਦ ਹੋਈ ਕੋਈ ਤਾਂ ਵਜ੍ਹਾ ਹੈਗੀ ਹੈ, ਉਹ ਵਜ੍ਹਾ ਸਾਡੇ ਸਿਰਫ ਰੇਟ ਆ ਭਾਜੀ, ਵਜ੍ਹਾ ਸਿਰਫ ਸਾਡੇ ਰੇਟ ਹੈ 295 'ਚ। ਸੋ ਬਿਲਕੁਲ ਜੀ ਤੁਸੀਂ ਰੇਟ ਦੇਖੋ ਕਿੱਡੇ ਕਮਾਲ ਦੇ ਆ, ਸੋ ਜਿਹੜੇ ਵੀ ਸਾਡੀ ਵੀਡੀਓ ਨੂੰ ਵੇਖ ਰਹੇ ਆ ਜੇਕਰ ਨਵੇਂ ਕੰਮ ਦੀ ਸ਼ੁਰੂਆਤ ਕਰਨ ਬਾਰੇ ਸੋਚ ਰਹੇ ਜੇ, ਹੁਣ ਸੋਚੋ ਨਾ ਇੱਕ ਵਾਰ ਨਹੀਂ, ਵਾਰ ਵਾਰ ਤੁਹਾਨੂੰ ਕਹਾਂਗੇ ਸਿੱਧਾ ਪੂਰਨ ਚੰਦ ਐਂਡ ਕੰਪਨੀ 'ਤੇ ਆ ਜਾਓ, ਸੋ ਨੰਬਰ ਹੇਠਾਂ ਚੱਲ ਰਹੀ ਆ, ਫੋਨ ਕਰੋ ਭਾਜੀ ਦੇ ਨਾਲ ਗੱਲਬਾਤ ਕਰੋ ਅਤੇ ਤੁਹਾਨੂੰ ਪ੍ਰੋਪਰ ਸਲਾਹ ਵੀ ਦੇਣਗੇ ਪੂਰੀ। ਬਿਲਕੁਲ ਭਾਜੀ, ਉਸ ਤੋਂ ਬਾਅਦ ਆਹ ਚੈੱਕ ਕਰੋ ਜੀ ਸਿਲਕ ਦਾ ਸੂਟ ਆ ਭਾਜੀ, ਮੈਂ ਕਿਹਾ ਇਸ ਡਿਜ਼ਾਇਨ ਨੇ ਤਾਂ ਧਮਾਲਾਂ ਪਾਈਆਂ ਹੋਈਆਂ ਪੂਰੀਆਂ, ਆਹ ਲਓ ਜੀ ਪਿਓਰ ਸਿਲਕ ਦਾ ਸੂਟ, ਚਮ ਚਮਾਉਂਦਾ ਹੋਇਆ ਪਿਓਰ ਸਿਲਕ ਦਾ ਸੂਟ, ਨਾਲ ਆਏਗਾ ਜੀ ਸਲਵਾਰ 'ਤੇ ਕੰਮ, ਆਹ ਦੇਖੋ ਜੀ ਪੂਰੀ 3 ਮੀਟਰ ਦੀ ਸਲਵਾਰ ਹੈ, 3 ਮੀਟਰ ਸਲਵਾਰ 'ਤੇ ਕੰਮ ਹੈ ਭਾਜੀ, ਆਹ ਚੈੱਕ ਕਰ ਲਓ 3 ਮੀਟਰ ਸਲਵਾਰ 'ਤੇ ਕੰਮ, ਨਾਲ ਔਰਗੈਂਜਾ ਦਾ ਦੁਪੱਟਾ ਕੰਟਰਾਸਟ। ਸੋ ਬਿਲਕੁਲ ਜੀ ਬੜਾ ਹੀ ਕਮਾਲ ਦਾ ਆਰਟੀਕਲ ਆ, ਹੁਣ ਇਹਦੇ ਰੇਟ ਤੋਂ ਭਾਜੀ ਵਾਕਈ ਪਤਾ ਲੱਗੂਗਾ ਕਿ ਵਾਕਈ ਦੱਸਣਾ ਨਾ ਹਾਂਜੀ ਤੁਹਾਡੇ ਪੈਰਾਂ ਥੱਲੋ ਜ਼ਮੀਨ ਨਿਕਲ ਜਾਣੀ ਹੈ ਭਾਜੀ। ਕਿੰਨਾ ਰੇਟ ਦੇ ਰਹੇ ਹੋ ਇਹਦਾ ਫਿਰ? 1000-1200, 350 ਰੁਪਏ ਦਾ ਸੂਟ ਆ ਭਾਜੀ। ਉਹ ਭਾਜੀ ਵਰਕ ਵੇਖ ਲਓ ਯਾਰ, 350 ਰੁਪਏ ਦੇ ਵਿੱਚ ਭਾਜੀ ਮੈਂ ਰੋਜ਼ ਮਾਲ ਵੇਚਦਾ ਮੈਂ, 350 ਦਾ ਸੂਟ ਹੈ, ਸਾਡਾ ਕੰਮ ਹੈ ਲੋਕਾਂ ਦਾ ਕੰਮ ਚਲਾਉਣਾ, ਨਾ ਕਿ ਅਸੀਂ ਆਪ ਹੀ ਸਾਰੇ ਪੈਸੇ ਕਮਾ ਜਾਣੇ, ਸਾਨੂੰ 340 ਦਾ ਆਉਂਦਾ, ਅਸੀਂ 350 ਦਾ ਵੇਚਣਾ, ਸਾਡੇ ਕੋਲ ਲੈ ਕੇ ਜਾ ਕੇ ਤੁਸੀਂ ਭਾਵੇਂ 700 ਦਾ ਵੇਚੋ ਭਾਵੇਂ 800 ਦਾ ਵੇਚੋ, ਰੋਜ਼ ਦਾ 2-4 ਹਜ਼ਾਰ 5 ਹਜ਼ਾਰ ਆਰਾਮ ਨਾਲ ਤੁਸੀਂ ਕਮਾ ਸਕਦੇ ਹੋ, 350 ਰੁਪਏ ਦਾ ਸੂਟ ਆ ਜੀ, ਆਹ ਚੈੱਕ ਕਰ ਲਓ। ਸੋ ਬਿਲਕੁਲ ਭਾਜੀ ਇੱਕ ਵਾਰੀ ਨਾ ਫੋਕਸ ਮਾਰ ਕੇ ਦਿਖਾ ਦਿਓ ਕਿ ਕਿੱਡਾ ਕਮਾਲ ਦਾ ਆਰਟੀਕਲ ਆ, ਇੱਧਰ ਵੇਖੋ ਭਾਜੀ ਜਰਾ ਯਾਰ, ਜਿਹਨੂੰ ਕਹਿੰਦੇ ਨਾ ਕਿ ਵਾਕਈ ਜਾਲ ਬਣਿਆ ਹੋਇਆ ਵਾ, ਕਿੱਡਾ ਹੈਵੀ, ਇੱਧਰ ਦੁਪੱਟੇ ਦੇ ਵਰਕ ਦਿਖਾ ਦਿਓ, 3000 ਦਾ ਆਰਟੀਕਲ ਆ ਤੇ 350 ਪਰ ਆਰਟੀਕਲ ਜਿਹੜੇ ਆ ਸਾਰੇ ਤੁਹਾਨੂੰ ਸੈੱਟ ਵਾਈਜ਼ ਮਾਲ ਮਿਲੂਗਾ। ਅੱਜ ਦੀ ਵੀਡੀਓ ਸਿਰਫ ਤੋਂ ਸਿਰਫ ਹੋਲਸੇਲ ਵਾਸਤੇ ਹੋਣ ਵਾਲੀ ਆ, ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਬਿਲਕੁਲ ਜੀ ਬਿਲਕੁਲ, ਸੈੱਟ ਵਾਈਜ਼ ਮਾਲ ਮਿਲੇਗਾ, ਜੇ ਤੁਸੀਂ ਰੀਸੇਲਰ ਹੋ, ਘਰੇ ਕੱਪੜੇ ਦਾ ਕੰਮ ਕਰਦੇ ਆ ਰਹੇ ਹੋ, ਤੁਸੀਂ ਚਾਹੇ 50 ਦੁਕਾਨਾਂ ਹੁਣ ਤੱਕ ਘੁੰਮ ਚੁੱਕੇ ਹੋ, ਇੱਕ ਵਾਰੀ ਪੂਰਨ ਚੰਦ ਕੰਪਨੀ ਸਟੋਰ 'ਤੇ ਵਿਜ਼ਿਟ ਕਰ ਲਓ, ਮੈਂ ਕਹਿੰਦਾ ਜੀ ਜਿੰਨੇ ਪੈਸੇ ਤੁਸੀਂ 6 ਮਹੀਨਿਆਂ 'ਚ ਕਮਾਏ ਨਾ, ਉਹਨੇ ਪੈਸੇ ਤੁਹਾਨੂੰ 15 ਦਿਨ 'ਚ ਕਮਾ ਕੇ ਦਿਵਾਵਾਂਗੇ ਸਾਡੇ ਨਾਲ ਜੁੜ ਕੇ, ਅਤੇ ਜੇ ਤੁਸੀਂ ਕੱਪੜੇ ਦਾ ਕੰਮ ਕਰਨ ਦਾ ਸੋਚ ਰਹੇ ਹੋ ਤਾਂ ਇੱਕ ਵਾਰੀ ਸਾਡੀ ਵਰਾਇਟੀ ਦੇਖ ਲਓ, ਨਾ ਚਾਹੁੰਦੇ ਹੋਏ ਵੀ ਤੁਸੀਂ ਇੱਥੇ ਆਉਣ 'ਤੇ ਮਜਬੂਰ ਹੋ ਜਾਓਗੇ। ਆਹ ਦੇਖੋ ਹਾਲੇ 350 ਵਾਲੇ ਭਾਜੀ ਖਤਮ ਨਹੀਂ ਹੋਏ, ਹਾਲੇ ਤਾਂ ਲਾਈਨ ਲੱਗਣੀ ਹੈ 350 ਵਾਲੇ ਡਿਜ਼ਾਇਨਾਂ ਦੀ। ਆਹ ਦੇਖੋ ਜੀ ਸੂਟ ਘੇਰਾ, ਨਾਲ ਆਏਗਾ ਜੀ ਔਰਗੈਂਜਾ ਦਾ ਦੁਪੱਟਾ, ਸਿਰਫ 350 ਦੀ ਰੇਂਜ ਆ ਭਾਜੀ, ਇੱਦਾਂ ਦੇ ਸੂਟ 350-350 'ਚ ਦੇਣੇ ਭਾਜੀ, ਪੂਰੇ ਜਾਲ ਕੱਪੜਾ ਗਲੇਸ ਕੋਟਨ। ਉਸ ਤੋਂ ਬਾਅਦ ਆਹ ਦੇਖੋ ਜੀ ਪਿਓਰ ਬੁਟੀਕ ਦਾ ਸੂਟ, ਆਹ ਚੈੱਕ ਕਰ ਲਓ ਜੀ ਪਿਓਰ ਬੁਟੀਕ ਦਾ ਸੂਟ, ਨਾਲ ਹੈਵੀ ਦੁਪੱਟਾ ਭਾਜੀ, ਫੁਲਕਾਰੀ ਦਾ ਦੁਪੱਟਾ, ਬਾਜ਼ਾਰ ਵਿਕਦਾ 1500-1500 ਦਾ, ਆਪਾਂ ਦੇ ਦੇਣਾ ਜੀ ਸਿਰਫ 425 ਰੁਪਏ ਦਾ ਸੂਟ, ਨਾਲ 4-4 ਰੰਗ ਸਾਰਿਆਂ 'ਚ ਮਿਲਣੇ ਆ ਜੀ, ਚੈੱਕ ਕਰ ਲਓ ਜੀ ਰੰਗ। ਸੋ ਬਿਲਕੁਲ ਭਾਜੀ ਇੱਧਰ ਨਾ ਜਰਾ ਕਿ ਇੱਧਰ ਫੁਲਕਾਰੀ ਵਾਲਾ ਪਹਿਲੂ ਅਤੇ ਦੁਪੱਟਾ ਦਿਖਾਓ, ਮਾਰਕੀਟ ਦੇ ਵਿੱਚ ਇਕੱਲਾ ਦੁਪੱਟਾ ਤੁਹਾਨੂੰ 400-500 ਦਾ ਮਿਲਣਾ ਵਾ, ਅਤੇ ਇੱਥੇ ਤੁਹਾਨੂੰ ਦੁਪੱਟਾ ਵੀ ਦਿਆਂਗੇ ਅਤੇ ਨਾਲ ਸੂਟ ਵੀ ਦਿਆਂਗੇ ਅਤੇ ਮਾਲ ਸੈੱਟ ਵਾਈਜ਼ ਦਿਆਂਗੇ। ਸੋ ਜੇਕਰ ਕੱਪੜੇ ਦੇ ਕੰਮ ਦੀ ਸ਼ੁਰੂਆਤ ਕਰਨੀ ਆ ਤਾਂ ਛੇਤੀ ਛੇਤੀ ਆਓ, ਸੋਚਦੇ ਨਾ ਰਹਿ ਜਿਓ, ਕਿਉਂਕਿ ਇੱਥੇ ਤੁਹਾਡੇ ਫਾਇਦੇ ਕਰਾਂਗੇ। ਇੱਧਰ ਆਰਟੀਕਲ ਦੇਖੋ ਕਿੱਡੇ ਕਮਾਲ ਦੇ, ਅੱਜ ਦੀ ਤਰੀਕ ਦੇ ਵਿੱਚ ਮਹਿੰਗਾਈ ਬਹੁਤ ਵੱਧ ਰਹੀ ਹੈ, ਜੇ ਤੁਸੀਂ ਕਹੋ ਕਿ ਇੱਕ ਬੰਦਾ ਘਰ 'ਚ ਨੌਕਰੀ ਕਰਕੇ ਪੂਰੇ ਪਰਿਵਾਰ ਨੂੰ ਪਾਲ ਲੇਗਾ, ਇੱਦਾਂ ਬਿਲਕੁਲ ਨਹੀਂ ਜੇ ਹੋਣਾ, ਟਾਈਮ ਦੇ ਹਿਸਾਬ ਨਾਲ ਬਦਲ ਜਾਓ, ਸਮੇਂ ਦੇ ਹਿਸਾਬ ਨਾਲ ਬਦਲ ਜਾਓ। ਜਿਹੜੇ ਲੋਕਾਂ ਨੇ ਸਾਡੇ ਨਾਲ ਜੁੜ ਕੇ ਕੱਪੜੇ ਦਾ ਕੰਮ ਕਰ ਲਿਆ ਸੀ 4 ਮਹੀਨੇ ਪਹਿਲੇ 6 ਮਹੀਨੇ ਪਹਿਲੇ, ਅੱਜ ਉਹ 50,000 ਤੋਂ ਲੈ ਕੇ 1,00,000 ਰੁਪਏ ਮਹੀਨਾ ਕਮਾ ਰਹੇ ਆ, ਅਤੇ ਜੇ ਤੁਸੀਂ ਵੀ ਸੋਚ ਰਹੇ ਹੋ, ਸੋਚ ਸੋਚ ਕੇ ਟਾਈਮ ਨਾ ਖਰਾਬ ਕਰੋ, 90% ਲੋਕ ਸਿਰਫ ਵੀਡੀਓ ਦੇਖਦੇ ਆ, ਅਗਲੇ ਦਿਨ ਸੋਚਦੇ ਮੈਂ ਜਾਣਾ 4 ਦਿਨ ਬਾਅਦ ਭੁੱਲ ਜਾਂਦੇ ਆ, 90% ਲੋਕ ਇੱਦਾਂ ਦੇ, ਲੇਕਿਨ 10% ਲੋਕ ਇੱਦਾਂ ਦੇ ਵੀ ਹੁੰਦੇ ਜਿਹੜੇ ਮਨ ਬਣਾਉਂਦੇ ਕਿ ਅਸੀਂ ਕੰਮ ਕਰਨਾ ਹੈ, ਉਹ ਪੂਰਨ ਚੰਦ ਕੰਪਨੀ ਦੇ ਆਉਂਦੇ ਆ, ਅਤੇ 2 ਮਹੀਨੇ ਬਾਅਦ ਉਹਨਾਂ ਦੀ ਖੁਦ ਦੀ ਜ਼ਬਾਨ ਹੁੰਦੀ ਹੈ, ਵਰਡਿੰਗ ਹੁੰਦੀ ਹੈ ਕਿ ਭਾਜੀ ਅਸੀਂ ਸਾਰੀ ਉਮਰ ਘਰ ਵਿਹਲੇ ਬਹਿ ਕੇ ਕੱਢਤੀ, ਹੁਣ ਮਜ਼ਾ ਆ ਰਿਹਾ, 2-4 ਹਜ਼ਾਰ ਰੁਪਇਆ ਕਮਾਉਣਾ ਕੋਈ ਔਖਾ ਹੈ ਹੀ ਨਹੀਂ, 5 ਸੂਟ ਵੇਚ ਕੇ 2000 ਰੁਪਇਆ ਬਣ ਜਾਂਦਾ, ਅਤੇ ਅਸੀਂ ਤਾਂ ਸਾਰੀ ਉਮਰ ਇੱਦਾਂ ਹੀ ਵਿਹਲੇ ਕੱਢਤੀ। ਤੋ ਜੇ ਤੁਸੀਂ ਚਾਹੁੰਦੇ ਹੋ ਆਪਣੇ ਬੱਚਿਆਂ ਦਾ ਭਵਿੱਖ ਵਧੀਆ,
ਵਧੀਆ ਸਕੂਲਾਂ 'ਚ ਪਾਉਣੇ, ਵਧੀਆ ਪਰਵਰਿਸ਼ ਕਰਨੀ, ਫਿਰ ਤੁਹਾਨੂੰ ਆਪਣਾ ਕੰਮ ਕਰਨਾ ਪੈਣਾ, ਆਪਣਾ ਬਿਜ਼ਨਸ ਕਰਨਾ ਪੈਣਾ। ਔਰ ਕੱਪੜੇ ਤੋਂ ਵੱਡਾ ਕੋਈ ਬਿਜ਼ਨਸ ਨਹੀਂ ਹੈਗਾ, ਨਾ ਹੀ ਕੱਪੜੇ ਤੋਂ ਵਧੀਆ, ਕਿਉਂਕਿ ਇਹ ਕੋਈ ਖਰਾਬ ਹੋਣ ਵਾਲੀ ਚੀਜ਼ ਨਹੀਂ। 6 ਮਹੀਨੇ ਬਾਅਦ ਵੀ ਸੂਟ ਨੂੰ ਲਿਫਾਫੇ 'ਚ ਕੱਢੋਗੇ, ਚਮਕਦਾ ਹੋਈ ਬਾਹਰ ਨਿਕਲੂਗਾ, ਕੋਈ ਖਰਾਬ ਨਹੀਂ। ਮਿਠਾਈ 4 ਦਿਨ ਬਾਅਦ ਖਰਾਬ ਹੋ ਜਾਂਦੀ ਹੈ, ਜਵੈਲਰੀ ਦਾ ਕੰਮ ਕਰੋਗੇ 6 ਦਿਨ ਬਾਅਦ ਕਾਲੀ ਪੈਣੀ ਸ਼ੁਰੂ ਹੋਣੀ ਹੈ। ਇਹ ਚਮਚਮਾਉਂਦਾ ਹੋਇਆ ਸੂਟ ਹੈ ਜੀ, ਲਿਫਾਫੇ 'ਚ ਜਦੋਂ ਮਰਜ਼ੀ ਕੱਢ ਲਓ, ਇਹ 50 ਪੈਸੇ ਦੇ ਲਿਫਾਫੇ ਦੇ ਵਿੱਚ ਸੂਟ 5 ਸਾਲ 50 ਹਜ਼ਾਰ ਦੀ ਚਮਕਦਾ ਹੋਇਆ ਬਾਹਰ ਨਿਕਲੇਗਾ। ਆਹ ਦੇਖੋ, ਇਹ ਆਹ ਦੇਖੋ, ਜਿੱਦਾਂ ਮਰਜ਼ੀ ਕੱਢ ਲਓ ਭਾਅ ਜੀ, ਔਰ ਜਦੋਂ ਵੀ ਵਿਕੇਗਾ ਤੁਹਾਨੂੰ ਕਮਾਈ ਦੇ ਕੇ ਜਾਏਗਾ। ਬੁਟੀਕ ਦਾ ਸੂਟ ਹੈ ਭਾਅ ਜੀ, ਨਾਲ ਮੋਰ ਬਣਿਆ ਹੋਇਆ, ਚੈੱਕ ਕਰ ਲਓ। ਬਾਜ਼ਾਰ ਲੋਕ 500-500 ਰੁਪਏ ਦਾ ਸੂਟ ਵੇਚਦੇ ਪਏ ਭਾਅ ਜੀ, ਆਪਾਂ ਦੇਣਾ ਸਿਰਫ 250 ਰੁਪਏ ਦਾ ਸੂਟ। ਅਤੇ ਭਾਅ ਜੀ ਇੱਕ ਨਾ ਆਹ ਬੜੀ ਵੀਡੀਓ ਵਾਇਰਲ ਹੋਈ ਸੀ ਤੁਹਾਡੀ, ਬਨਾਰਸੀ ਦਾ ਆਰਟੀਕਲ ਤੁਸੀਂ ਦਿਖਾਇਆ ਸੀ, ਅਤੇ 100 ਰੰਗ ਬੰਦੇ ਆ ਭਾਅ ਜੀ, 100 ਰੰਗ। ਇਹ 100 ਰੰਗਾਂ ਦਾ ਵੀ ਸਾਡੇ ਕੋਲ ਮਾਲ ਤਿਆਰ ਹੁੰਦਾ। ਇਹ ਭਾਅ ਜੀ ਕਈ ਤਰ੍ਹਾਂ ਦੇ ਬਨਾਰਸੀ ਆਉਂਦੇ, ਤੁਸੀਂ ਸਾਡੇ ਕੋਲ ਬਨਾਰਸੀ ਸੂਟ ਲੈਣੇ ਆ, ਆਪਾਂ ਤੁਹਾਨੂੰ 450 ਤੋਂ ਬਨਾਰਸੀ ਸੂਟ ਸ਼ੁਰੂ ਕਰ ਦਿੰਦੇ ਹਾਂ ਭਾਅ ਜੀ। ਔਰ ਜਿਹੜਾ ਸਾਡਾ 450 ਦਾ ਸੂਟ ਹੋਏਗਾ ਭਾਅ ਜੀ, ਬਾਜ਼ਾਰ ਜਾ ਕੇ ਤੁਸੀਂ ਪਤਾ ਕਰੋ ਭਾਅ ਜੀ, 2-2 ਹਜ਼ਾਰ ਰੁਪਏ ਦਾ ਵਿਕਦਾ ਸਾਡਾ 450 ਦਾ ਸੂਟ, 2-2 ਹਜ਼ਾਰ ਰੁਪਏ ਦਾ। ਇੱਦਾਂ ਦੇ ਬਨਾਰਸੀ ਸੂਟ 450 ਤੋਂ ਸ਼ੁਰੂ ਕਰ ਦਾਂਗੇ, 450 ਤੋਂ ਲੈ ਕੇ 600-700 ਤੱਕ ਤੁਹਾਨੂੰ ਸਾਡੇ ਕੋਲ ਬਹੁਤ ਵਰਾਇਟੀ ਮਿਲ ਜਾਏਗੀ ਭਾਅ ਜੀ। ਮੈਂ ਕਹਿੰਦਾ ਜੀ 20 ਹਜ਼ਾਰ ਦਾ ਕੰਮ ਸ਼ੁਰੂ ਕਰ ਲਓ, 10 ਦਿਨ ਬਾਅਦ ਮੇਰੇ ਨਾਲ ਗੱਲ ਕਰੀ ਉਹ 20 ਹਜ਼ਾਰ ਦਾ, ਜੇ 30-35 ਹਜ਼ਾਰ ਨਾ ਬਣਿਆ ਹੋਇਆ ਮੈਂ ਜ਼ਿੰਮੇਵਾਰ ਹਾਂ ਜੀ। ਔਰ 2 ਮਹੀਨੇ ਬਾਅਦ ਤੁਸੀਂ ਦੇਖੋਗੇ 20 ਹਜ਼ਾਰ ਨਾਲ ਕੰਮ ਸ਼ੁਰੂ ਕੀਤਾ ਸੀ, ਔਰ 20 ਹਜ਼ਾਰ ਨਾਲ ਤੁਹਾਡੇ ਘਰੇ ਕੱਪੜਾ ਹੋ ਜਾਣਾ 2 ਲੱਖ ਰੁਪਏ ਦਾ ਕਮਾਈ ਕਰਕੇ। ਸੋ ਬਿਲਕੁਲ ਜੀ ਭਾਅ ਜੀ, ਨਾਲ ਦੀ ਨਾਲ ਇੱਕ ਵਾਰੀ ਨਾ ਕੈਮਰਾ ਘੁਮਾ ਦਿਓ ਇੱਧਰ ਦੂਰ ਤੱਕ, ਦਿਖਾ ਦਿਓ ਕਿ ਵਾਕਈ ਅਸਲੀ ਹੋਲਸੇਲਰ ਦੀ ਪਛਾਣ ਜਿਹੜੀ ਆ ਕੱਪੜੇ ਤੋਂ ਹੁੰਦੀ ਆ। ਇੱਧਰ ਦੇਖੋ ਕਿ ਕਿੰਨੀਆਂ ਵਰਾਇਟੀਆਂ ਤੁਹਾਡੇ ਵਾਸਤੇ ਆ ਚੁੱਕੀਆਂ ਵਾ, ਢੇਰਾਂ ਦੇ ਢੇਰ ਆ ਚੁੱਕੇ ਆ। ਸੋ ਜੇਕਰ ਕੱਪੜੇ ਦੇ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਆ ਤਾਂ ਜ਼ਰੂਰ ਪਹੁੰਚੋ, ਤੇ ਇੱਧਰ ਹੋਰ ਭਾਜੀ ਆਰਟੀਕਲ ਦਿਖਾਓ ਕਿੱਡਾ ਪਿਆਰਾ। ਪਿਓਰ ਮਸਲੀਨ ਤੇ ਬੁਟੀਕ ਦੇ ਸੂਟ ਆ ਗਏ ਜੀ, ਡਿਜ਼ਾਈਨ ਐਡਾ ਕੁ ਸੁਪਰ ਹਿੱਟ ਹੈ, ਰੋਜ਼ ਦਾ 500-600 ਸੂਟ ਵਿਕ ਰਿਹਾ ਭਾਜੀ। ਆ ਦੇਖੋ, ਪਿਓਰ ਮਸਲੀਨ ਬੁਟੀਕ ਦਾ ਸੂਟ ਨਾਲ ਕੰਟਰਾਸਟ ਦੁਪੱਟਾ 4 ਸਾਈਡ ਕੱਢਿਆ ਹੋਇਆ। ਇਹ ਮੇਰੀਆਂ ਭੈਣਾਂ ਨੂੰ ਪਤਾ ਕਿ ਬੁਟੀਕ ਦੇ ਸੂਟ ਦੁਕਾਨਦਾਰ ਕਿਸ ਕਿਸ ਰੇਟ 'ਚ ਵੇਚਦੇ ਆ, 1000-1200 ਤੋਂ ਸ਼ੁਰੂਆਤ ਕਰਦੇ ਆ ਭਾਜੀ। ਆਪਾਂ ਦੇ ਦੇਣਾ ਜੀ ਸਿਰਫ 400-50 ਰੁਪਏ ਦਾ ਸੂਟ ਭਾਜੀ, 400-50 ਰੁਪਏ। ਆ ਚੈੱਕ ਕਰ ਲਓ, ਡਿਜ਼ਾਈਨ ਮੈਂ ਇੱਕ ਇੱਕ ਦਿਖਾ ਰਿਹਾ ਵਾਂ, ਜਦਕਿ ਮੇਰੇ ਕੋਲ ਸਾਹਮਣੇ ਲੈਣ ਲੱਗੀ ਵੀ ਅਜੀ 50-100 ਹਜ਼ਾਰ ਇਕੱਠੇ ਮਿਲਣਗੇ ਹਰ ਇੱਕ ਆਈਟਮ 'ਚੋਂ। ਸੋ ਬਿਲਕੁਲ ਜੀ, ਇੱਕ ਵਾਰ ਨਹੀਂ ਵਾਰ ਵਾਰ ਤੁਹਾਨੂੰ ਦੱਸ ਰਹੇ ਹਾਂ, ਮਾਲ ਸੈੱਟ ਵਾਈਜ਼ ਮਿਲਣਾ ਵਾ ਅੱਜ ਦੀ ਵੀਡੀਓ ਸਿਰਫ ਤੇ ਸਿਰਫ ਹੋਲਸੇਲ ਵਾਸਤੇ ਆ। ਸੋ ਜਿਨ੍ਹਾਂ ਨੇ ਵੀ ਭੈਣ ਭਰਾਵਾਂ ਨੇ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਆ ਜਾਂ ਕੱਪੜੇ ਦਾ ਕੰਮ ਕਰ ਰਹੇ ਆ, ਤੁਸੀਂ ਜ਼ਰੂਰ ਪਹੁੰਚੋ, ਹਰ ਤਰੀਕੇ ਦੇ ਆਰਟੀਕਲ ਤੁਹਾਨੂੰ ਦਿੱਤੇ ਜਾਣਗੇ। ਭਾਜੀ ਆਹ ਦੇਖੋ, ਇੱਕ ਨਵਾਂ ਧਮਾਕਾ, ਅਨਾਰਕਲੀ ਸੂਟ ਭਾਜੀ, ਸੀਤਾ ਸੋਇਆ ਅਨਾਰਕਲੀ ਸੂਟ ਪੂਰੀ ਫਲੇਅਰ ਦੇ ਨਾਲ, ਇਹਦੇ 'ਚ 6 ਡਿਜ਼ਾਈਨ ਨਵੇਂ ਬਣ ਗਏ ਭਾਜੀ। ਸਾਡੀ ਆਪਣੀਆਂ ਫੈਕਟਰੀਆਂ ਦੇ ਮਾਲ ਬਣਦਾ, ਬਾਜ਼ਾਰ 'ਚੋਂ ਤੁਸੀਂ ਲੈਣ ਜਾਓਗੇ 1500-1500 ਦਾ ਸੂਟ ਦੇਣਗੇ। ਪੂਰਨ ਚੰਦ ਕੰਪਨੀ, ਇਹਦਾ ਹੋਲਸੇਲ ਰੇਟ ਸੁਣ ਕੇ ਹੈਰਾਨ ਹੋ ਜਿਹੜਾ ਤੁਸੀਂ ਭੱਜੇ ਭੱਜੇ ਆਉਣਾ ਸੂਟ ਲੈਣ, ਸਿਰਫ 400 ਰੁਪਏ ਦਾ ਸੂਟ ਭਾਜੀ। ਭਾਜੀ ਕੀ ਗੱਲ ਕਰੀ ਜਾਂਦੇ ਜੀ, 400 ਰੁਪਏ ਦਾ ਸੀਤਾ ਸੋਇਆ ਸੂਟ ਮੇਰੇ ਵੀਰ ਜੀ, 400 ਰੁਪਏ ਦਾ ਸੀਤਾ ਸੋਇਆ ਸੂਟ ਆ, ਚੈੱਕ ਕਰ ਲਓ। ਨਾਲ ਚਨੌਨ ਸ਼ਫੋਨ ਦਾ ਦੁਪੱਟਾ ਆਏਗਾ, ਇੱਦਾਂ 4-4 ਰੰਗ ਮਿਲਣਗੇ, ਨਾਲ ਡਿਜ਼ਾਈਨ 20-25 ਮਿਲ ਜਾਣਗੇ ਜੀ। ਵੀਡੀਓ ਬੰਡਲ ਟੂ ਬੰਡਲ ਦੀ ਆ, ਹੋਲਸੇਲ ਦੀ ਵੀਡੀਓ ਹੈ। ਵੀਡੀਓ ਦੇਖ ਕੇ ਜੇ ਤੁਹਾਡੇ ਮਨ 'ਚ ਵਿਚਾਰ ਆ ਜਾਵੇ ਕਿ ਮੈਂ 15-20 ਹਜ਼ਾਰ ਨਾਲ ਕੰਮ ਸ਼ੁਰੂ ਕਰਨਾ ਹੈ, ਤਾਂ ਕਿਤੇ ਜਾਣ ਦੀ ਲੋੜ ਨਹੀਂ। ਪੂਰਨ ਚਾਨਣ ਕੰਪਨੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਜੀ। 1 ਰੁਪਏ ਦਾ ਨੁਕਸਾਨ ਮੇਰੇ ਪੱਲੇ ਪਾ ਦਿਓ ਜੀ, ਮੈਂ ਤੁਹਾਨੂੰ ਹੋਰ ਇਸ ਤੋਂ ਵੱਧ ਕੀ ਚੈਲੇਂਜ ਦੇ ਸਕਦਾ ਜੀ। ਅਤੇ ਭਾਅ ਜੀ ਜਿਸ ਤਰ੍ਹਾਂ ਕੋਈ ਮੰਨ ਲਓ ਕਿ 50-1000 ਰੁਪਏ ਦਾ ਬਜਟ ਲੈ ਕੇ ਆਉਂਦਾ ਕਿ 50 ਹਜ਼ਾਰ ਤੋਂ ਆਪਾਂ ਕੰਮ ਦੀ ਸ਼ੁਰੂਆਤ ਕਰਨੀ ਆ, ਤੇ ਕਿੰਨੀ ਕੁ ਮਤਲਬ ਉਹਦੀ ਆਮਦਨ ਹੋ ਜੂਗੀ ਇੱਕ ਮਹੀਨੇ 'ਚ? ਭਾਅ ਜੀ ਜੇ 50 ਹਜ਼ਾਰ ਨਾਲ ਕੰਮ ਸ਼ੁਰੂ ਕਰਨਾ ਨਾ, ਮੈਂ ਗਰੰਟੀ ਨਾਲ ਲਿਖ ਕੇ ਦੇਣਾ ਭਾਅ ਜੀ, 4-5 ਹਜ਼ਾਰ ਰੁਪਇਆ ਰੋਜ਼ ਦਾ ਬਣਾਉਣਗੇ ਜੀ। 4-5 ਹਜ਼ਾਰ ਰੁਪਇਆ ਭਾਅ ਜੀ ਰੋਜ਼ ਦਾ ਬਣਾਉਣਗੇ। ਬਸ ਕਰਨਾ ਕੀ ਹੈ, ਜਿੱਦਾਂ ਹੀ ਕੱਪੜਾ ਤੁਹਾਡੇ ਕੋਲ ਵਿਕੀ ਗਿਆ, ਤੁਸੀਂ ਹਫ਼ਤੇ 10 ਦਿਨ ਬਾਅਦ ਸਾਡੇ ਕੋਲ ਕੱਪੜਾ ਦੁਬਾਰਾ ਲੈਣ ਆ ਜਾਣਾ, ਕਿਉਂਕਿ ਦੇਖੋ ਜੇ ਤੁਸੀਂ ਹਫ਼ਤੇ 'ਚ 20 ਹਜ਼ਾਰ ਵੱਟ ਲਿਆ, ਤੇ ਆ ਵੀ ਦੇਖੋ ਨਾ 20 ਹਜ਼ਾਰ ਦਾ ਤੁਹਾਡੇ ਅੰਦਰੋਂ ਬਜਟ ਵੀ ਘੱਟ ਗਿਆ ਨਾ, 20 ਹਜ਼ਾਰ ਕੱਪੜਾ ਵੀ ਹਲਕਾ ਹੋ ਗਿਆ। ਤੁਸੀਂ ਨਾਲ ਦੀ ਨਾਲ ਹਫ਼ਤੇ 10 ਦਿਨ ਬਾਅਦ ਸਾਡੇ ਕੋਲ ਕੱਪੜਾ ਲੈਣ ਆਈ, ਚਲੋ 50 ਹਜ਼ਾਰ ਨਾਲ ਸ਼ੁਰੂ ਕਰ ਲਓ।
₹5,000 ਰੋਜ਼ ਦਾ ਤੁਹਾਡਾ ਬਣੇਗਾ, ਮੈਂ ਲਿਖ ਕੇ ਦੇ ਦੇਣਾ ਜੀ। ਔਰ ਬਹੁਤ ਸਾਰੇ ਉਦਾਹਰਣ ਹੈ ਸਾਡੇ ਕੋਲ, ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਆ ਇੱਥੇ। ਤਾਂ ਭਾਅ ਜੀ ਜਿਹੜੇ 15,000 ਰੁਪਏ ਦੇ ਨੌਕਰੀ ਕਰਦੇ ਸੀ ਉਹਨਾਂ ਨੇ ਨੌਕਰੀਆਂ ਛੱਡ ਦੀਆਂ ਮੇਰੇ ਵੀਰ ਜੀ, ਅੱਜ 50-50 ਹਜ਼ਾਰ ਰੁਪਏ ਕਮਾਉਣ ਲੱਗ ਪਏ। ਔਰ ਜਿਹੜੀਆਂ ਮੇਰੀਆਂ ਭੈਣਾਂ ਘਰ ਵਿਹਲੀਆਂ ਬੈਠੀਆਂ ਸੀ, ਜਿਹਨਾਂ ਨੇ ਸਾਰੀ ਉਮਰ ਕੋਈ ਕੰਮ ਨਹੀਂ ਕੀਤਾ, ਜਿਹੜਾ 200-200, 400-400 ਰੁਪਏ ਆਪਦੇ ਘਰੋਂ ਮੰਗਦੀਆਂ ਸੀ, ਉਹਨਾਂ ਨੇ ਜਦ ਆਪਣਾ ਕੰਮ ਸ਼ੁਰੂ ਕੀਤਾ, ਭਾਅ ਜੀ ਅੱਜ 2-2, 3-3 ਹਜ਼ਾਰ ਰੋਜ਼ ਦਾ ਬਣਾ ਰਹੀਆਂ ਮੈਂ ਮੇਰੀਆਂ ਭੈਣਾਂ, ਅਤੇ ਮਹੀਨੇ ਦਾ ਹੋ ਗਿਆ 1,00,000 ਰੁਪਈਆ। ਅੱਜ ਉਹਨਾਂ ਦਾ ਜਿਹੜਾ ਸੁਪਨਾ ਸੀ 10 ਸਾਲ ਪੁਰਾਣਾ, ਜਿਹੜਾ ਸੋਚਦੇ ਸੀ ਕਿ ਐਕਟਿਵਾ ਲੈਣੀ, ਗੱਡੀ ਲੈਣੀ, ਜਿਹੜਾ ਪੂਰਾ ਨਹੀਂ ਹੋਇਆ ਸੀ, 6 ਮਹੀਨੇ 'ਚ ਆਪਣਾ ਕੰਮ ਕਰਕੇ ਪੂਰਾ ਹੋ ਗਿਆ। ਭਾਅ ਜੀ ਆਹ ਦੇਖੋ, ਇੱਦਾਂ ਦੇ ਸਿਲਕ ਦੇ ਸੂਟ ਦੇਣੇ ਭਾਅ ਜੀ, ਬ੍ਰਾਂਡਡ ਸਿਲਕ ਦੇ ਸੂਟ ਨਾਲ ਚਨੌਰ ਸ਼ਫੋਨ ਦੇ ਦੁਪੱਟੇ, ਜਿਹੜੇ ਬਾਜ਼ਾਰ 'ਚ 2-2 ਹਜ਼ਾਰ ਦੇ ਵਿਕਦੇ ਆ। 550 ਦਾ ਸੂਟ ਭਾਅ ਜੀ, ਡਿਜ਼ਾਇਨ 40 ਦੇ ਦਿਆਂਗੇ ਅਤੇ 150 ਤੋਂ ਵੱਧ ਰੰਗ ਦੇਣਾਗੇ ਭਾਅ ਜੀ। ਸੋ ਬਿਲਕੁਲ ਜੀ, ਇੱਧਰ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਇਨ ਭਾਅ ਜੀ ਤੁਹਾਨੂੰ ਦੇ ਰਿਹਾ। ਸੋ ਇੱਕ ਵਾਰ ਨਹੀਂ, ਤੁਹਾਨੂੰ ਬਾਰ ਬਾਰ ਕਹਿ ਰਿਹਾ ਕਿ ਤੁਸੀਂ ਦੇਖੋ, ਹਰ ਕਾਰੋਬਾਰ ਦੀ ਸ਼ੁਰੂਆਤ ਜਿਹੜੀ ਹੈ ਨਾ ਇੱਕ ਛੋਟੇ ਬਿਜ਼ਨਸ ਤੋਂ ਹੁੰਦੀ ਆ। ਸੋ ਤੁਸੀਂ ਵੀ ਇੱਕ ਛੋਟੇ ਜਿਹੇ ਬਿਜ਼ਨਸ ਤੋਂ ਸ਼ੁਰੂਆਤ ਕਰੋ, ਤੁਹਾਡਾ ਛੋਟਾ ਜਿਹਾ ਬਿਜ਼ਨਸ ਜਿਹੜਾ ਵਾ ਇੱਕ ਨਾ ਇੱਕ ਦਿਨ ਜ਼ਰੂਰ ਵੱਡਾ ਬਣੂਗਾ। ਸੋ ਤੁਹਾਨੂੰ ਪ੍ਰੋਪਰ ਗਾਈਡੈਂਸ ਭਾਅ ਜੀ ਦੇਣਗੇ, ਹੁਣ ਸੋਚਦੇ ਨਾ ਰਹੋ। ਦੇਖੋ ਇੱਦਾਂ ਦੇ ਧਮਾਕੇ ਦਾ ਰਾਡੀਕਲ ਆ ਮੇਰੇ ਪਿੰਡਾਂ ਦੇ ਵਿੱਚ, ਮੇਰੀਆਂ ਭੈਣਾਂ ਨੂੰ ਪਤਾ ਹੋਣਾ ਕਿ ਡਿਜ਼ਾਇਨ ਕਿੰਨਾ ਪਾਪੂਲਰ ਹੈ। 2-2 ਹਜ਼ਾਰ, 25-2500, 3-3 ਹਜ਼ਾਰ ਰੁਪਏ ਦਾ ਸੂਟ ਵਿਕ ਰਿਹਾ ਭਾਅ ਜੀ, ਕਈਆਂ ਨੇ ਲਿੱਤਾ ਵੀ ਹੋਣਾ ਮੈਂ। ਇਹਦਾ ਹੋਲਸੇਲ ਰੇਟ ਤੁਸੀਂ ਸੁਣ ਕੇ ਹੈਰਾਨ ਹੋਣਾ ਭਾਅ ਜੀ, 675 ਰੁਪਏ ਦਾ ਸੂਟ ਦੇ ਦਿਆਂਗੇ ਜੀ। ਸੋ ਲਓ ਜੀ, ਤੁਸੀਂ ਇੱਥੋਂ ਹਿਸਾਬ ਲਗਾ ਲਓ ਕਿ 675 ਦਾ ਤੁਸੀਂ ਸੂਟ ਲੈ ਕੇ ਜਾਓਗੇ ਤਾਂ ਤੁਸੀਂ ਹੱਸ ਕੇ 1,500 ਦਾ ਵੇਚੋ, ਤਾਂ ਵੀ ਲੋਕਾਂ ਨੇ ਕਹਿਣਾ ਬੜਾ ਸਸਤਾ ਵਾ। ਆਹ ਭਾਅ ਜੀ ਦਿਖਾਓ ਜ਼ਰਾ ਕੁ, ਸਾਡੇ ਸ਼ਹਿਰਾਂ ਦੇ ਵਿੱਚ ਵੀ ਇਹਦਾ ਆਰਟੀਕਲ ਦਾ 2,000 ਮੰਗਦੇ ਆ, ਗਾਹਕ 1,800 ਦਿੰਦਾ, 1,700 ਦਿੰਦਾ, ਅਤੇ ਖੁਸ਼ ਹੋ ਕੇ ਚੱਲ ਜਾਂਦਾ ਜੀ, ਸਾਡੀ ਤਾਂ ਬੱਚਤ ਹੋ ਗਈ ਆ। ਪਰ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੇ ਆਰਟੀਕਲ ਤੁਸੀਂ ਪੂਰਨ ਚੰਦ ਐਂਡ ਕੰਪਨੀ ਤੋਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਲੈ ਕੇ ਜਾਓ, ਅਤੇ ਭਾਵੇਂ ਤੁਸੀਂ 1,500 'ਚ ਵੇਚੋ, ਭਾਵੇਂ 1,400 'ਚ, ਤੁਹਾਡੀਆਂ ਬੱਚਤਾਂ ਹੋਣਗੀਆਂ ਅਤੇ ਤੁਹਾਡੇ ਫਾਇਦੇ ਹੋਣਗੇ, ਅਤੇ ਹੋਰ ਵੀ ਆਰਟੀਕਲ ਤੁਹਾਨੂੰ ਹੋਣਗੇ ਜੀ। 40-50 ਹਜ਼ਾਰ ਨਾਲ ਜਿਹੜੇ ਬੰਦੇ ਨੇ ਕੰਮ ਸ਼ੁਰੂ ਕਰ ਲਿਆ, ਉਹ ਭਾਅ ਜੀ 1,00,000 ਰੁਪਏ ਮਹੀਨੇ ਤੱਕ ਪਹੁੰਚਣਾ ਹੀ ਪਹੁੰਚਣਾ, ਉਹਨੇ ਕਮਾਉਣਾ ਹੀ ਕਮਾਉਣਾ। ਬਸ ਬੰਦਾ ਸਾਡੇ ਸਾਹਮਣੇ ਕੰਮ ਕਰਨ ਲਾ ਚਾਹੀਦਾ, ਮਿਹਨਤ ਕਰਨ ਲਾ ਚਾਹੀਦਾ। 1,00,000 ਰੁਪਏ ਤਾਂ ਅਸੀਂ ਉਹਨੂੰ ਬਣਾ ਕੇ ਦੇਵਾਂਗੇ ਜੇ 40,000 ਨਾਲ। ਭਾਅ ਜੀ ਹਿਮਾਚਲ ਵਾਲੇ ਬੜੇ ਹੁੰਦੇ ਯਾਰ, ਬੜੇ ਵੀਰ ਭਰਾ ਮਿਲੇ ਹਿਮਾਚਲ ਵਾਲੇ। ਭਾਅ ਜੀ ਹਿਮਾਚਲ ਤੋਂ ਆਉਂਦੇ ਆ, ਰਾਜਸਥਾਨ ਤੋਂ ਆਉਂਦੇ ਆ, ਪੰਜਾਬ ਦੇ ਹਰ ਕੋਨੇ ਤੋਂ ਆ ਰਹੇ ਆ, ਉਸ ਤੋਂ ਬਾਅਦ ਹੋਰ ਕਈ ਸਟੇਟਾਂ ਤੋਂ ਆ ਰਹੇ, ਹਰਿਆਣੇ ਤੋਂ ਆ ਰਹੇ। ਭਾਅ ਜੀ ਜਿਹੜਾ ਵੀ ਸਾਡੀ ਵੀਡੀਓ ਦੇਖਦਾ ਉਹਦਾ ਮਨ ਬੰਦਾ ਕੰਮ ਕਰਨ ਦਾ। ਔਰ ਸਾਡਾ ਸਟੋਰ ਭਾਅ ਜੀ 50 ਸਾਲ ਪੁਰਾਣਾ, ਕੋਈ ਅੱਜ ਦਾ ਸਟੋਰ ਨਹੀਂ ਹੈਗਾ, 50 ਸਾਲ ਪੁਰਾਣਾ ਸਟੋਰ ਹੈ। ਸਭ ਤੋਂ ਪਹਿਲੇ ਤਾਂ ਅਸੀਂ ਦੇਖਣਾ ਹੁੰਦਾ ਕਿ ਸਾਡੇ ਕੋਲ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਸਾਡੇ ਕੋਲ ਜਿਹੜਾ ਕਸਟਮਰ ਲੈ ਕੇ ਜਾਵੇ ਉਹਦੀ ਵਿਕੇ ਜੀ। ਸਾਡਾ ਮੇਨ ਮਕਸਦ ਇਹੀ ਹੈ ਕਿ ਉਹ ਚੀਜ਼ ਅਸੀਂ ਕਸਟਮਰ ਦਿਖਾਈ ਦੀ ਜਿਹੜੀ ਉਹਦੀ ਅੱਗੇ ਜਾ ਕੇ ਵਿਕੇ, ਔਰ ਕਿੰਨਾ ਵੱਧ ਤੋਂ ਵੱਧ ਉਹਨੂੰ ਪ੍ਰੋਫਿਟ ਹੋਵੇ। ਭਾਅ ਜੀ ਜੇ ਸਾਡੇ ਕੋਲ ਕੋਈ 500 ਦਾ ਸੂਟ ਲੈ ਕੇ ਜਾਏਗਾ, ਉਹਦਾ ਜੇ ਅੱਗੇ 1,200 ਦਾ ਵਿਕ ਗਿਆ, 700 ਰੁਪਏ ਸੂਟ ਬਚ ਗਿਆ ਭਾਅ ਜੀ, ਉਹਨੇ ਕੱਪੜੇ ਦਾ ਕੰਮ ਛੱਡਣਾ ਹੀ ਨਹੀਂ। ਭਾਅ ਜੀ ਉਹਨੇ 40,000 ਦਾ ਕੰਮ ਸ਼ੁਰੂ ਕਰ ਰਿਹਾ, ਉਹਨੇ 6 ਮਹੀਨੇ ਬਾਅਦ ਆਪਣੀ ਦੁਕਾਨ ਪਾ ਲੈਣੀ ਆ, ਮੈਂ ਲਿਖ ਕੇ ਦੇ ਦੇਣਾ ਜੀ। ਕਈ ਲੋਕ ਸਾਡੇ ਕੋਲ ਦੁਕਾਨਾਂ ਆਪਣੀਆਂ ਪਾ ਲਈਆਂ, ਜਿਹਨਾਂ ਨੇ 6-6 ਮਹੀਨੇ 'ਚ ਆਪਣਾ ਕੰਮ ਸ਼ੁਰੂ ਕੀਤਾ ਸੀ। ਆਹ ਦੇਖੋ ਜਿੱਦਾਂ ਕਿ ਹੁਣ ਆ ਗਏ ਭਾਅ ਜੀ, ਪਿਓਰ ਸਿੰਥੈਟਿਕ ਬੇਸ ਸੂਟ ਆ ਗਿਆ ਜੀ, ਕੱਪੜਾ ਆ ਗਿਆ ਜੀ ਸ਼ਿਮਰ, ਕੱਪੜਾ ਸ਼ਿਮਰ ਹੈ ਭਾਅ ਜੀ, ਬਹੁਤ ਸੋਹਣੇ ਸੋਹਣੇ ਸੂਟ ਹੈ, ਡਿਜ਼ਾਈਨਰ ਦੁਪੱਟਿਆਂ ਨਾਲ ਦੁਪੱਟਾ ਖੋਲ ਕੇ ਦਿਖਾ ਦਿਓ ਜੀ। ਆਹ ਵਿਆਹ ਸ਼ਾਦੀਆਂ ਦੇ ਸੂਟ ਭਾਅ ਜੀ ਇੱਦਾਂ ਦੇ ਮਿਲਦੇ ਆ ਤੁਹਾਨੂੰ, 2-2 ਹਜ਼ਾਰ, 25-2500 ਰੁਪਏ ਦੇ। ਆਹ ਤੁਸੀਂ ਦੇਖ ਲਓ ਸੂਟ ਦੀ ਲੁੱਕ ਦੇਖ ਲਓ, ਪਿਓਰ ਸ਼ਿਮਰ ਦਾ ਸੂਟ ਹੈ, ਨਾਲ ਆ ਗਿਆ ਭਾਅ ਜੀ ਦਾ ਡਿਜ਼ਾਈਨਰ ਦੁਪੱਟਾ, 4 ਸ਼ੈਡ ਕੱਢਿਆ ਹੋਇਆ। ਇਹ 2,500 ਰੁਪਏ ਦਾ ਸੂਟ ਭਾਅ ਜੀ ਬਾਜ਼ਾਰ 'ਚ ਵਿਕਦਾ, ਆਪਾਂ ਦੇ ਦੇਣਾ ਭਾਅ ਜੀ ਸਿਰਫ 750 ਰੁਪਏ ਦਾ ਸੂਟ, ਔਰ ਜਿੱਦਾਂ ਨੂੰ ਮਰਜ਼ੀ ਵੇਚ ਲਓ ਭਾਅ ਜੀ, 2,000 ਰੁਪਏ ਦਾ 2,000 ਦਾ ਵਿਕ ਜੂਗਾ। ਵਿਆਹ ਸ਼ਾਦੀ ਦਾ ਗਾਹਕ ਤੇ ਹੱਸ ਕੇ ਲੈ ਕੇ ਜਾਏਗਾ ਭਾਅ ਜੀ 2,000 ਰੁਪਏ ਦਾ, ਸਾਡੇ ਕੋਲ ਤੁਹਾਨੂੰ ਪੈਣਾ ਸਿਰਫ 750 ਰੁਪਏ ਦਾ। ਤੇ ਧਮਾਕੇ ਭਾਅ ਜੀ, ਇੱਕ ਸੂਟ ਦੇ ਵਿੱਚੋਂ 1,500-1,500 ਰੁਪਏ ਸੂਟ ਤੁਸੀਂ ਕਮਾ ਸਕਦੇ ਹੋ, ਔਰ ਤੁਹਾਡੀ ਕਮਾਈ ਕਿੱਥੇ ਦੇਖ ਲਓ ਪਹੁੰਚ ਗਈ। ਸੋਰੀ, ਦਿਨ 'ਚ ਜੇ 4 ਸੂਟ ਵੇਚ ਲੈਣਾ ਇਹਦੇ ਨਾਲ ਦੇ, ਤੇ 5,000 ਰੁਪਏ ਹੋ ਗਿਆ ਭਾਜੀ। ਭਾਜੀ ਇੱਕ ਰਾਜ ਜਰਾ ਖੋਲੋ, ਕਿਉਂਕਿ ਅਸੀਂ ਤਕਰੀਬਨ ਵੇਖੀਦਾ ਕਿ ਲੋਕੀ ਕਹਿੰਦੇ ਯਾਰ ਗਰਮ ਸੂਟ ਲਿਆਉਣੇ, ਕਸ਼ਮੀਰ ਤੋਂ ਲਿਆਓ, ਹਿਮਾਚਲ ਤੋਂ ਲਿਆਓ, ਪਰ ਇੱਥੇ ਤੁਹਾਡੇ ਕੋਲੋਂ ਲੈ ਕੇ ਜਾ ਰਹੇ ਆ ਗਰਮ ਸੂਟ, ਇਹ ਕੀ ਚੱਕਰ ਆ? ਉਹ ਭਾਜੀ ਸਿਰਫ ਕਹਿੰਦੇ ਹੀ ਆ ਜੀ ਸਾਰੇ ਕਿ ਅਸੀਂ ਕਸ਼ਮੀਰ ਤੇ, ਸਾਨੂੰ ਕਸ਼ਮੀਰ ਤੇ ਆਏ ਹਾਂ, ਹਮ ਕਸ਼ਮੀਰ ਤੇ ਆਏ ਹਾਂ। ਭਾਜੀ ਸਾਰਾ ਕੱਪੜਾ ਲੁਧਿਆਣੇ ਹੋ ਜਾਣਾ, ਤੁਸੀਂ ਕੋਈ ਵੀ ਵੀਡੀਓ ਦੇਖਦੇ ਹੋ, ਕਿਸੇ ਵੀ ਸ਼ਹਿਰ ਦੀ ਕੋਈ ਦੁਕਾਨਦਾਰ ਦੀ ਵੀਡੀਓ ਦੇਖਦੇ ਹੋ, ਇੱਕ ਗੱਲ ਦਿਮਾਗ 'ਚ ਆਪਦੇ ਬਿਠਾ ਲਓ ਕਿ ਜਿੰਨਾ ਵੀ ਕੱਪੜਾ ਜਾਣਾ ਸਾਰਾ ਲੁਧਿਆਣੇ ਤੋਂ ਜਾਣਾ,
ਫਿਰ ਤੁਸੀਂ ਹੁਣ ਆਪ ਸਮਝਦਾਰ ਹੋ, ਜੇ ਲੁਧਿਆਣੇ ਦੇ ਦੁਕਾਨਦਾਰ ਕੋਲ ਲਓਗੇ ਤਾਂ ਕੱਪੜਾ ਤੁਹਾਨੂੰ ਉੱਥੋਂ ਸਸਤਾ ਮਿਲੇਗਾ, ਜਾਂ ਆਪਣੇ ਸ਼ਹਿਰ ਜੇ ਤੁਸੀਂ ਕਿਸੇ ਦੀ ਵੀਡੀਓ ਦੇਖੀ ਉਹਦੇ ਕੋਲੋਂ। ਇਹ ਸਾਰੇ ਹੀ ਦੁਕਾਨਦਾਰ ਲੁਧਿਆਣੇ ਕੱਪੜਾ ਲੈਣ ਆਉਂਦੇ ਆ, ਉਹਨਾਂ ਦੀਆਂ ਗੱਲਾਂ 'ਚ ਨਾ ਕੇ ਫਸੋ। ਲੁਧਿਆਣਾ ਇੱਕ ਬਹੁਤ ਵੱਡਾ ਹੱਬ ਹੈ ਕੱਪੜੇ ਦਾ, ਸ਼ਹਿਰ ਹੈ, ਇੱਥੇ ਲੋਕਾਂ ਦੀਆਂ ਆਪਣੀਆਂ ਫੈਕਟਰੀਆਂ, ਆਪਣੀਆਂ ਮਸ਼ੀਨਾਂ ਲੱਗੀਆਂ, ਲੁਧਿਆਣੇ ਤੋਂ ਸਸਤਾ ਕੋਈ ਨਹੀਂ ਦੇ ਸਕਦਾ। ਇਹ ਦੇਖੋ ਭਾਜੀ, ਕਈ ਤਰ੍ਹਾਂ ਦਾ ਕੱਪੜਾ ਇਹਦੇ 'ਚ ਆ ਰਿਹਾ, ਅਸੀਂ ਮੰਗਾਉਂਦੇ ਹਾਂ ਪਿਓਰ ਪਿਓਰ ਪਸ਼ਮੀਨੇ ਦਾ ਭਾਜੀ। 2 ਕਿਲੋ ਦਾ ਸੂਟ ਆ ਭਾਜੀ, ਨਾਲ ਇਹਦੇ ਸ਼ਾਲ ਆਏਗੀ। ਇਹ ਬਾਜ਼ਾਰ 'ਚ 500 ਰੁਪਏ ਦਾ ਰਿਟੇਲ 'ਚ ਵਿਕਦਾ ਭਾਜੀ, ਔਰ ਸਾਡੇ ਕੋਲ ਤੁਹਾਨੂੰ ਭਾਜੀ ਸਿਰਫ 250 ਰੁਪਏ ਦਾ ਸੂਟ ਪੈਣਾ ਸ਼ਾਲ ਦੇ ਨਾਲ। ਡਿਜ਼ਾਇਨ ਭਾਜੀ ਤੁਹਾਨੂੰ 100 ਤੋਂ ਵੱਧ ਆਪਾਂ ਦੇ ਦੇਣੇ ਆ। ਹੋਰ ਦੱਸੋ, 250 ਦੀ ਚੀਜ਼ 500 ਵਿਕ ਗਈ, ਡਬਲ ਹੋ ਗਏ ਭਾਜੀ, ਹੋਰ ਕਿੰਨੀ ਭਾਜੀ? ਵਾਕਈ ਯਾਰ ਨਜ਼ਾਰਾ ਲਿਆ ਤਾਂ ਤੁਸੀਂ ਕਹਿ ਰਹੇ ਜੇ 250 ਗਲੀਆਂ ਦੇ ਵਿੱਚ ਕਹਿਣਗੇ ਵੀ ਕਸ਼ਮੀਰ ਤੋਂ ਲੈ ਕੇ ਆਏ ਆ, ਉਹ ਕਹਿਣਗੇ 600, 700, 800, ਤੁਸੀਂ ਕਹਿ ਰਹੇ 250, ਤੇ ਵੇਖੋ ਕਿੰਨੇ ਫਾਇਦੇ ਕਰਦੇ ਭਾਜੀ। ਭਾਜੀ ਤੁਸੀਂ ਐਤਵਾਰ ਨੂੰ ਸਾਡੇ ਕੋਲ ਆ ਕੇ ਦੇਖੋ, ਸਵੇਰੇ 9 ਵਜੇ ਅੱਧਾ ਕਸ਼ਮੀਰ ਇੱਥੇ ਘੁੰਮਦਾ ਹੁੰਦਾ ਭਾਜੀ, ਸਾਰੇ ਇੱਥੋਂ ਹੀ ਮਾਲ ਲੈ ਕੇ ਜਾਂਦੇ ਆ, ਇੱਥੋਂ ਹੀ ਕਹਿ ਕੇ ਬਾਅਦ 'ਚੋਂ ਕਸ਼ਮੀਰ ਕਹਿਤਾ, ਬਾਅਦ 'ਚੋਂ ਜੋ ਰੇਟ ਮਰਜ਼ੀ ਕਹਿ ਦਿਓ ਜੀ, ਜਿੱਥੋਂ ਦਾ ਮਰਜ਼ੀ ਕਹਿ ਦਿਓ, ਸੂਟ ਲੁਧਿਆਣੇ ਦਾ ਹੀ ਹੈ। ਸੋ ਤੁਸੀਂ ਕੋਈ ਵੀ ਵੀਡੀਓ ਦੇਖਦੇ ਹੋ ਕਿਸੇ ਦੁਕਾਨਦਾਰ ਦੀ, ਤਾਂ ਧਿਆਨ ਰੱਖੋ ਜੀ, ਲੁਧਿਆਣੇ ਤੋਂ ਸਸਤਾ ਕੱਪੜਾ ਅਤੇ ਲੁਧਿਆਣੇ ਤੋਂ ਵਧੀਆ ਡਿਜ਼ਾਇਨਿੰਗ ਤੁਹਾਨੂੰ ਕਿਤੋਂ ਨਹੀਂ ਮਿਲ ਸਕਦੀ। ਔਰ ਜਿਵੇਂ ਸਾਡੀਆਂ ਆਪਣੀਆਂ ਫੈਕਟਰੀਆਂ, ਸਾਡੇ ਆਪਣੇ ਕੱਪੜੇ ਤਿਆਰ ਹੁੰਦੇ ਆ। ਹੁਣ ਆਹ ਸੂਟ ਸਭ ਤੋਂ ਵੱਡੀ ਉਦਾਹਰਨ ਦਿੰਦਾ ਜੀ, ਆ ਪਿਓਰ ਗਲੇਸ ਕੋਟਨ ਦਾ ਸੂਟ ਆ ਭਾਜੀ। ਇਹਦਾ 5 ਮੀਟਰ ਪਲੇਨ ਕੱਪੜਾ ਲੈਣ ਜਾਣਾ ਹੋਵੇ ਨਾ ਭਾਜੀ, ਅਤੇ 500 ਰੁਪਏ ਦਾ ਆਉਂਦਾ ਜੀ। ਆ 5 ਮੀਟਰ ਪਲੇਨ ਕੱਪੜਾ 500 ਦਾ, ਆਹ ਦੇਖੋ ਨਾਲ ਸੂਟ ਆ ਗਿਆ, ਨਾਲੇ ਹੈਵੀ ਫੁਲਕਾਰੀ ਦਾ ਦੁਪੱਟਾ ਆ ਗਿਆ ਭਾਜੀ। ਆਪਾਂ ਸੂਟ ਦੇ ਰਹੇ ਤੁਹਾਨੂੰ 450 ਰੁਪਏ ਦਾ ਕਢਾਈ ਕੀਤਾ ਹੋਇਆ ਫੁਲਕਾਰੀ ਦੁਪੱਟੇ ਦੇ ਨਾਲ। ਸੋ ਲਓ ਜੀ, ਜੇਕਰ ਤੁਹਾਨੂੰ ਲੱਗ ਰਿਹਾ ਵਾ ਕਿ ਵਾਕਈ ਜਿਹੜੇ ਰੇਟ ਦੱਸ ਰਿਹਾ ਨਜ਼ਾਰੇਦਾਰ ਆ, ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। 450 ਦੇ ਵਿੱਚ ਇਸ ਤਰ੍ਹਾਂ ਦਾ ਆਰਟੀਕਲ, ਅਸੀਂ ਵੀ ਕਹਿੰਦੇ ਤੁਹਾਨੂੰ ਗਰੰਟੀ ਦਿੰਦੇ ਹਾਂ ਪੂਰੀ ਕਿ ਇਸ ਤਰ੍ਹਾਂ ਦਾ ਆਰਟੀਕਲ 450 'ਚ ਕਿਤੋਂ ਨਹੀਂ ਮਿਲਣਾ, ਤੇ ਨਾਲ ਦੀ ਨਾਲ ਆਹ ਵਾਲਾ ਆਰਟੀਕਲ ਜਿਹੜਾ ਵਾ ਨਾ, ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਨਗੇ ਭਾਜੀ, ਕਿੰਨੇ ਆਰਟੀਕਲ ਲਾ ਦਈਏ ਦੇਖੋ। 10 ਸੂਟ ਦੇ ਦਾਂਗੇ, ਜਿੱਦਾਂ ਕਿ ਹੁਣ ਤੁਸੀਂ ਸ਼ੇਅਰ ਕਰ ਰਹੇ ਹੋ, ਬਿਲਕੁਲ ਠੀਕ, ਤੁਸੀਂ ਸ਼ੇਅਰ ਕੀਤਾ ਨਾ, ਆ ਸੂਟ ਤੁਹਾਡੇ ਘਰੇ ਪਹੁੰਚੇਗਾ ਜੀ। 10 ਲੱਕੀ ਵਿਨਰ ਨੂੰ ਤੁਸੀਂ ਸ਼ੇਅਰ ਕਰਦਾ, ਤੁਹਾਡੇ ਘਰੇ ਸੂਟ ਪਹੁੰਚੇਗਾ ਜੀ। 4 ਤੋਂ 5 ਦਿਨ ਦੇ ਵਿੱਚ ਤੁਹਾਡੇ ਘਰੇ ਸੂਟ ਪਹੁੰਚੇਗਾ। ਆਪਣਾ ਐਡਰੈਸ ਭੇਜੋ, ਫਟਾਫਟ ਤੁਹਾਨੂੰ ਸੂਟ ਭੇਜੀਏ। ਸੋ ਬਿਲਕੁਲ ਜੀ, ਵੀਡੀਓ ਨੂੰ ਸ਼ੇਅਰ ਕਰੋ, ਸ਼ੇਅਰ ਟੂ ਗਰੁੱਪ ਕਰੋ, ਤੇ ਇਸ ਤਰ੍ਹਾਂ ਦੇ ਆਰਟੀਕਲ ਕੋਈ 10 ਲੱਕੀ ਭੈਣ ਭਰਾਵਾਂ ਦੇ ਘਰੇ ਭੇਜਾਂਗੇ। ਅੰਗੂਠਿਆਂ ਨੂੰ ਚਲਾਓ, ਵੀਡੀਓ ਨੂੰ ਕਰੋ ਸ਼ੇਅਰ, ਸ਼ੇਅਰ ਟੂ ਗਰੁੱਪ ਕਰ ਦਿਓ ਜੀ। ਆ ਲਓ ਜੀ, ਇਦਾਂ ਦੇ ਪਾਰਟੀ ਵੇਅਰ ਸੂਟ ਆ ਦੇਖੋ ਜੀ, ਲੋਕ 50 ਇੰਚ ਲੰਬਾਈ ਹੈ ਜੀ, ਆ ਦੇਖ ਲਓ 50 ਇੰਚ ਲੰਬਾਈ ਵਾਲੇ ਸੂਟ ਸਿਰਫ ਉਹੀ ਬਣਾ ਸਕਦਾ ਜਿਨ੍ਹਾਂ ਦੀ ਆਪਣੀਆਂ ਫੈਕਟਰੀਆਂ ਆਪਣੇ ਆਰਡਰ ਤੇ। ਸਾਡੇ ਕੋਲ 50 ਇੰਚ 48 ਇੰਚ ਲੰਬਾਈ ਦੇ ਸੂਟ ਬਣਨਗੇ। ਆ ਦੇਖੋ ਜੀ, ਲੌਂਗ ਸੂਟ ਆ ਬਿਲਕੁਲ, ਇਹ ਪੰਜਾਬ ਤੋਂ ਇਲਾਵਾ ਹਰਿਆਣਾ ਤੇ ਹਿਮਾਚਲ ਦੀ ਜਾਣ ਇਹੋ ਜਿਹੇ ਸੂਟ। ਇਹ ਜਦੋਂ ਮੈਂ ਨਾਲ ਦੁਪੱਟਾ ਖੋਲ ਦੇਣਾ ਭਾਜੀ, ਤੁਹਾਡਾ ਮਨ ਹੋ ਜਾਣਾ ਖੁਸ਼ ਕਿ ਆ ਕੀ ਕਰਤਾ ਜੀ, ਪਾਰਟੀ ਵੇਅਰ ਸੂਟ ਖੋਲਤਾ। ਹੁਣ ਤੁਸੀਂ ਹੋਣਾ ਹੈਰਾਨ, ਉਹਦੀ ਵਜ੍ਹਾ ਹੈ ਜਦੋਂ ਮੈਂ ਤੁਹਾਨੂੰ ਦੱਸਣਾ ਰੇਟ। ਪਹਿਲੇ ਤਾਂ ਭਾਜੀ ਤੁਸੀਂ ਇੰਨੀਆਂ ਵੀਡੀਓ ਬਣਾਉਂਦੇ ਹੋ, ਤੁਸੀਂ ਆਪਣਾ ਅੰਦਾਜ਼ਾ ਲਾਓ ਸੂਟ ਕਿੰਨੇ ਦਾ ਹੋਣਾ ਚਾਹੀਦਾ ਭਾਜੀ। ਜਿਸ ਹਿਸਾਬ ਨਾਲ ਦੁਪੱਟਾ ਵਾ ਤੇ ਆਰਟੀਕਲ ਆ, ਘੱਟੋ ਘੱਟ ਜੇ ਤੁਸੀਂ ਹੋਲਸੇਲ ਰੇਟ ਦੇ ਰਹੇ ਜੇ, ਤੇ ਭਾਜੀ 900 ਜਾਂ 1000 ਭਾਜੀ। ਭਾਜੀ ਹੋ ਗਏ ਨਾ ਗਲਤ, ਹਾਲੇ ਕਿ ਤੁਸੀਂ ਆਪਣੇ ਵੱਲੋਂ ਬੜਾ ਸੋਚ ਕੇ ਰੇਟ ਦੱਸਿਆ। ਬਿਲਕੁਲ ਭਾਜੀ, ਮੈਂ ਸੋਚਿਆ ਕਿ ਪੂਰਨ ਚੰਦ ਦਾ ਰੇਟ ਘੱਟ ਹੈ, ਤਾਂ ਵੀ ਤੁਸੀਂ 900 ਹਜ਼ਾਰ ਦੱਸਿਆ। ਇਹਦੀ ਕੀਮਤ 450 ਭਾਜੀ। ਭਾਜੀ 450 ਰੁਪਏ ਦੇ ਵਿੱਚ, 450 ਦੇ ਵਿੱਚ ਇਦਾਂ ਦੇ ਸੂਟ, ਆਹੀ ਸੂਟ ਜਦੋਂ ਤੁਹਾਡੇ ਸ਼ਹਿਰ ਦੀਆਂ ਦੁਕਾਨਾਂ ਤੇ ਪਹੁੰਚ ਜਾਂਦੇ ਆ, ਇਹਨਾਂ ਦੀ ਕੀਮਤ 1500-1500 ਹੋ ਜਾਂਦੀ ਹੈ। ਸੋ ਇਸ ਕਰਕੇ ਤੁਸੀਂ ਡਾਇਰੈਕਟ ਫੈਕਟਰੀ ਤੋਂ ਰੇਟ ਲਵੋ, ਫੈਕਟਰੀ ਤੋਂ ਸੂਟ ਲਵੋ, ਫੈਕਟਰੀ ਤੋਂ ਮਾਲ ਚੱਕੋ, ਬਸ਼ੱਕ ਤੁਸੀਂ ਵੇਚਣ ਵਾਸਤੇ ਲੈਣਾ ਵਾ, ਤਾਂ ਹੀ ਤਾਂ ਕਹਿ ਰਿਹਾ ਜੀ 15-20-25 ਹਜ਼ਾਰ ਰੁਪਏ ਲਾਣੇ ਆ, ਜ਼ਿਆਦਾ ਪੈਸੇ ਨਹੀਂ ਲਾਣੇ। ਔਰ 25 ਹਜ਼ਾਰ ਦਾ 50 ਹਜ਼ਾਰ 10 ਦਿਨਾਂ 'ਚ ਹੋ ਜਾਣਾ, ਔਰ 50 ਹਜ਼ਾਰ ਦਾ 1 ਲੱਖ ਅਗਲੇ 15 ਦਿਨਾਂ 'ਚ ਹੋ ਜਾਣਾ। 1 ਮਹੀਨੇ ਬਾਅਦ ਦੇਖਿਓ, ਜੇ ਤੁਸੀਂ 25 ਹਜ਼ਾਰ ਨਾਲ ਕੰਮ ਸ਼ੁਰੂ ਕਰਨਾ ਨਾ, 1 ਮਹੀਨੇ ਬਾਅਦ ਤੁਹਾਡਾ ਬਜਟ 1 ਲੱਖ ਰੁਪਏ ਦਾ ਨਾ ਹੋਇਆ, ਮੈਨੂੰ ਆਖਿਓ ਆ ਗਏ ਕਿ 25 ਹਜ਼ਾਰ ਨਾਲ ਕੰਮ ਸ਼ੁਰੂ ਕੀਤਾ ਸੀ, ਅੱਜ ਕਮਾਈ ਕਰ ਕਰਕੇ ਸਾਡੇ ਘਰੇ ਕੱਪੜਾ 1 ਲੱਖ ਰੁਪਏ ਦਾ ਹੋ ਗਿਆ ਵੀਰ ਜੀ। ਤੇ ਦੇਖ ਲਓ, ਇੱਦਾਂ ਹੀ ਤੁਹਾਡੇ ਪੈਸੇ ਜੁੜਨਗੇ, ਇੱਦਾਂ ਹੀ ਤੁਸੀਂ ਕਮਾਈਆਂ ਕਰਨੀਆਂ, ਔਰ ਇੱਦਾਂ ਹੀ ਤੁਸੀਂ ਆਪਣੇ ਸੁਪਨੇ ਪੂਰੇ ਕਰਨੇ ਆ। ਕਿਸੇ ਦੀਆਂ ਗੱਲਾਂ 'ਚ ਆਉਣ ਦੀ ਲੋੜ ਨਹੀਂ, ਅੱਜ ਤੁਸੀਂ ਆਪਣੇ ਰਿਸ਼ਤੇਦਾਰ ਤੋਂ ਪੁੱਛੋਗੇ ਕੰਮ ਸ਼ੁਰੂ ਕਰ ਲਈਏ, ਕੋਈ ਤੁਹਾਨੂੰ ਸਹੀ ਸਲਾਹ ਨਹੀਂ ਦੇਗਾ। ਉਹਦੀ ਵਜ੍ਹਾ ਹੈ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਤੁਸੀਂ ਉਹਨਾਂ ਤੋਂ ਅੱਗੇ ਲੰਘ ਜਾਓ। ਸੋ ਇਸ ਕਰਕੇ ਸੋਚਣ ਦੀ ਲੋੜ ਨਹੀਂ, ਕੋਈ 1 ਲੱਖ ਰੁਪਏ ਥੋੜ੍ਹੀ ਆਪਾਂ ਲਾ ਰਹੇ ਹਾਂ, ਆਪਾਂ 20-25 ਹਜ਼ਾਰ ਰੁਪਏ ਲਾ ਰਹੇ ਹਾਂ। ਬਾਕੀ ਤੁਹਾਨੂੰ ਆਪਣੇ ਉੱਤੇ ਵੀ ਕੌਨਫੀਡੈਂਸ ਹੋਣਾ ਚਾਹੀਦਾ। ਦੇਖੋ, ਤੁਹਾਡੇ ਵਰਗੇ ਕਈ ਭੈਣ ਭਰਾ ਸਾਡੇ ਨਾਲ ਜੁੜ ਕੇ ਅੱਜ ਜੇ 50-50 ਹਜ਼ਾਰ 1 ਲੱਖ-1 ਲੱਖ ਰੁਪਏ ਮਹੀਨਾ ਕਮਾ ਰਹੇ ਆ, ਫਿਰ ਤੁਸੀਂ ਕਿਉਂ ਪਿੱਛੇ ਹੋ?
ਤੁਸੀਂ ਆਪਣੀ ਵਜ੍ਹਾ ਦੱਸੋ, ਤੁਸੀਂ ਕਿਉਂ ਪਿੱਛੇ? ਤੁਸੀਂ ਵੀ ਉਹ ਹਰ ਚੀਜ਼ ਕਰ ਸਕਦੇ ਹੋ ਜਿੱਦਾਂ ਸਾਰੀ ਦੁਨੀਆ ਕਰ ਰਹੀ ਹੈ। ਸੋ ਤੁਹਾਡੇ ਸ਼ਹਿਰਾਂ 'ਚ ਵੀ ਕਈ ਦੁਕਾਨਾਂ ਇਹੋ ਜਿਹੀ ਹੋਣੀਆਂ, ਤੁਸੀਂ ਦੇਖਿਆ ਹੋਣਾ ਉਹਨਾਂ ਨੇ ਪਹਿਲੇ ਡੱਗੀ ਜੀਤੀ, ਰੇੜੇ ਦੇ ਮਾਲ ਵੇਚਿਆ, ਅੱਜ ਉਹ ਵੱਡੀਆਂ ਵੱਡੀਆਂ ਦੁਕਾਨਾਂ ਬਣਾ ਕੇ ਬੈਠੇ ਹੋਏ ਆ। ਬਿਲਕੁਲ ਤੁਸੀਂ ਸੋਚ ਕਦੀ ਗੌਰ ਕਰਕੇ ਦੇਖਿਓ, ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਕਈ ਦੁਕਾਨਦਾਰ ਇਹੋ ਜਿਹੇ ਆ ਜਿਹੜੇ ਪਹਿਲੇ ਫੇਰੀ ਕਰਦੇ ਸੀ, ਸਾਈਕਲਾਂ ਸਕੂਟਰਾਂ ਦੇ ਮਾਲ ਵੇਚਦੇ ਸੀ, ਅੱਜ ਉਹਨਾਂ ਨੇ ਆਪਣੀ ਦੁਕਾਨਾਂ ਕਰ ਲਈਆਂ। ਦੇਖੋ ਕੱਪੜੇ 'ਚ ਕਿੰਨੀ ਕਮਾਈ ਕੀਤੀ ਉਹਨਾਂ ਨੇ। ਸੋ ਇਸ ਕਰਕੇ ਤੁਸੀਂ ਵੀ ਘਰ ਬੈਠੇ ਜੇ ਕੰਮ ਸ਼ੁਰੂ ਕਰੋਗੇ 25,000 ਨਾਲ, ਆਉਣ ਵਾਲੇ 6 ਮਹੀਨੇ ਬਾਅਦ ਤੁਸੀਂ ਵੀ ਦੁਕਾਨ ਕਰਨ 'ਤੇ ਮਜਬੂਰ ਹੋ ਜਾਓਗੇ, ਕਿਉਂਕਿ ਤੁਹਾਡੇ ਕੋਲ ਕਸਟਮਰ ਇੰਨਾ ਕੁ ਜ਼ਿਆਦਾ ਆਉਣਾ ਸ਼ੁਰੂ ਹੋ ਜਾਣਾ, ਤੁਸੀਂ ਦੁਕਾਨ ਕਰਨ 'ਤੇ ਮਜਬੂਰ ਹੋ ਜਾਣਾ ਭਾਜੀ। ਸੋ ਬਿਲਕੁਲ ਜੀ, ਤੁਹਾਨੂੰ ਵਾਰ-ਵਾਰ ਕਹਿ ਰਹੇ ਹਾਂ, ਹੁਣ ਸੋਚਦੇ ਨਾ ਰਹੋ, ਤੁਸੀਂ ਵੀ ਨਵੇਂ ਕੰਮ ਦੀ ਸ਼ੁਰੂਆਤ ਕਰੋ, ਕਿਉਂਕਿ ਇਹ ਬੈਸਟ ਟਾਈਮ ਆ। ਇਸ ਵੇਲੇ ਹਰ ਕਿਸੇ ਨੇ ਜਿਹੜੀਆਂ ਸੂਟਾਂ ਦੀ ਪਰਚੇਜ਼ਿੰਗ ਕਰਨੀ ਆ, ਤੇ ਰੇਟ ਜਦੋਂ ਤੁਸੀਂ ਇਸ ਤਰ੍ਹਾਂ ਦੇ ਆਰਟੀਕਲ 450 'ਚ ਲੈ ਕੇ ਜਾਣਾ ਵਾ, ਤੇ ਤੁਸੀਂ ਭਾਵੇਂ 200 ਰੁਪਈਆ ਸੂਟ ਕਮਾ ਕੇ ਵੀ ਵੇਚੋਗੇ ਨਾ, ਤੇ ਤੁਸੀਂ ਵੇਖੋ ਤਾਂ ਵੀ ਤੁਹਾਡੀ ਵੱਡੀ ਬਚਤ ਤੇ ਹੋਣੀ ਆ, ਤੇ ਲੋਕਾਂ ਨੇ ਕਹਿਣਾ ਬੜਾ ਸਸਤਾ ਦੇ ਰਿਹਾ, ਕਿਉਂਕਿ ਮਾਰਕੀਟ ਦੇ ਵਿੱਚ 1,000-1,200 ਦਾ ਮਿਲਦਾ ਇਸ ਤਰ੍ਹਾਂ ਦਾ ਸੂਟ, ਤੇ ਭਾਜੀ ਕਹਿ ਰਿਹਾ 450, ਤੇ ਨਾਲ ਦੀ ਨਾਲ ਇੱਧਰ ਦੇਖੋ ਸਾਰੇ ਹੀ ਆਰਟੀਕਲ ਤੁਹਾਨੂੰ ਜਿਹੜੇ ਆ ਇਸ ਤਰ੍ਹਾਂ ਸੈੱਟ ਵਾਈਜ਼ ਬੰਦ ਮੁੱਠੇ ਮਿਲਣੇ ਆ, ਕਿਉਂਕਿ ਤਕਰੀਬਨ ਰੌਲਾ ਪਾਈ ਜਾਂਦੇ ਆ, ਹੋਲਸੇਲਰ ਆ, ਇਸ ਤਰ੍ਹਾਂ ਉਸ ਤਰ੍ਹਾਂ ਵਾ, ਇਕੱਲਾ ਇਕੱਲਾ ਸੂਟ ਨਾ ਜੀ ਨਾ, ਜਿਹੜਾ ਵੀ ਹੋਲਸੇਲਰ ਹੁੰਦਾ ਨਾ ਇਕੱਲਾ ਇਕੱਲਾ ਸੂਟ ਨਹੀਂ ਦਿੰਦਾ, ਸੈੱਟ ਵਾਈਜ਼ ਹੀ ਮਾਲ ਦਿੰਦਾ। ਸੋ ਇਸ ਤਰ੍ਹਾਂ ਸੈੱਟ ਵਾਈਜ਼ ਮਾਲ ਹੀ ਤੁਹਾਨੂੰ ਮਿਲੂਗਾ ਜੀ। ਭਾਜੀ ਤੁਸੀਂ ਕਿਹਾ ਨਾ ਕਿ 200 ਰੁਪਏ ਸੂਟ ਨਾਲ ਵੇਚੋ, ਸਾਡੇ ਕੋਲੋਂ ਕੱਪੜਾ ਲੈ ਕੇ 200 ਰੁਪਏ ਸੂਟ ਤੁਸੀਂ ਪਤਾ ਕਿਹੜੇ ਆਈਟਮ 'ਚ ਕਮਾ ਸਕਦੇ ਹੋ? ਜਿਹੜਾ ਸਾਡੇ ਕੋਲ ਤੁਸੀਂ 300, 350, 400 ਦਾ ਲੈ ਕੇ ਜਾਣਾ, ਉਹਦੇ 'ਚ ਤੁਸੀਂ 200 ਕਮਾ ਸਕਦੇ ਹੋ। ਜਿਹੜਾ ਤੁਸੀਂ ਸਾਡੇ ਕੋਲ ਸੂਟ 600-700 ਰੁਪਏ ਦਾ ਲੈ ਕੇ ਗਏ ਨਾ ਭਾਜੀ, ਉਹ 700 ਰੁਪਏ ਦਾ ਸੂਟ 1,200 ਦਾ ਵਿਕੂਗਾ, 500 ਰੁਪਏ ਮਾਰਜਨ। ਹੁਣ ਜਿੱਦਾਂ ਕਿ ਆਹ ਸੂਟ ਹੈ, ਇਹ ਪਿਓਰ ਸ਼ਿਮਰ ਦਾ ਸੂਟ ਹੈ ਭਾਜੀ, ਪਾਰਟੀ ਵੇਅਰ। ਆਹ ਲੰਬਾਈ ਤੁਹਾਡੇ ਸਾਹਮਣੇ ਮੈਂ ਚੈੱਕ ਕਰਾ ਦਿੰਦਾ ਜੀ, ਆਹ ਦੇਖੋ ਜੀ, ਮੇਰੇ ਗੋਡਿਆਂ ਤੋਂ ਥੱਲੇ ਚਲੀ ਗਈ ਲੰਬਾਈ, 50 ਇੰਚ ਲੰਬਾਈ ਹੈ। ਇਹ ਚੰਗੇ ਸ਼ੋਰੂਮ ਵਾਲੇ ਪਤਾ ਕੀ ਕਹਿੰਦੇ ਆ ਕਿ ਆਹ ਦੇਖੋ ਜੀ, ਸਾਡੇ ਕੋਲ ਕੰਪਨੀਆਂ ਦੇ ਮਾਲ ਹੈ। ਸੋ ਇਹ ਕੰਪਨੀਆਂ ਦੇ ਮਾਲ ਹੈ, ਇਹ ਬਾਜ਼ਾਰ 'ਚ ਸੂਟ ਵਿਕਦਾ 2,500 ਰੁਪਏ ਦਾ। ਆਹ ਕੰਟਰਾਸਟ ਦੁਪੱਟੇ ਆਣਗੇ, ਡਿਜ਼ਾਈਨਰ ਦੁਪੱਟੇ ਆਣਗੇ, ਦੁਪੱਟੇ ਚੈੱਕ ਕਰ ਲਓ ਜੀ ਇਹਦੇ ਨਾਲ ਦੇ। ਪਿਓਰ ਸ਼ਿਮਰ ਦਾ ਸੂਟ ਹੈ ਜੀ, 2,500 ਰੁਪਏ ਬਾਜ਼ਾਰ 'ਚ ਵਿਕਦਾ ਹੈ। ਇਹਦੇ 'ਚ ਤੁਹਾਡੀ ਕਮਾਈ ਕਿੰਨੀ ਹੋ ਜਾਣੀ ਤੁਹਾਨੂੰ ਦੱਸਾਂਗੇ, ਤੁਸੀਂ ਹੈਰਾਨ ਹੋ ਜਾਣਾ। ਇਹ 850 ਰੁਪਏ ਦਾ ਸੂਟ ਹੈ ਭਾਅ ਜੀ ਸਿਰਫ। ਸੋ ਲਓ ਜੀ, ਜੇਕਰ ਤੁਸੀਂ ਵੀ ਹੈਰਾਨ ਹੋ ਗਏ ਜੀ ਨਾ 850 ਸੁਣ ਕੇ, ਤੇ ਫਿਰ ਅੰਗੂਠੇ ਨੂੰ ਚਲਾਓ, ਵੀਡੀਓ ਨੂੰ ਸ਼ੇਅਰ ਕਰੋ, 6-2 ਗਰੁੱਪ ਕਰ ਦਿਓ, ਤੇ ਜ਼ਰੂਰ ਪਹੁੰਚੋ। ਹੁਣ ਦੇਰ ਨਾ ਲਗਾਓ ਤੇ ਛੇਤੀ ਛੇਤੀ ਨਵੇਂ ਕੰਮ ਦੀ ਸ਼ੁਰੂਆਤ ਕਰ ਲਓ। ਪੂਰਨ ਚੰਦ ਐਂਡ ਕੰਪਨੀ 'ਤੇ ਆਓ। ਭਾਅ ਜੀ ਪ੍ਰੋਪਰ ਐਡਰੈਸ ਦੱਸ ਦਿਓ ਜੀ। ਭਾਅ ਜੀ ਸਟੋਰ ਦਾ ਨਾਮ ਪੈਂਦਾ ਜੀ ਪੂਰਨ ਚੰਦ ਐਂਡ ਕੰਪਨੀ, ਲੁਧਿਆਣਾ ਸ਼ਹਿਰ, ਨਜ਼ਦੀਕ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ। ਬਾਕੀ ਸਕਰੀਨ 'ਤੇ ਨੰਬਰ ਚੱਲ ਰਿਹਾ, ਕੋਈ ਜਾਣਕਾਰੀ ਲੈਣੀ ਹੈ ਤੁਸੀਂ ਫੋਨ ਕਰ ਸਕਦੇ ਹੋ, ਕੁਛ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹੋ। ਬਾਕੀ ਸਾਡੇ ਨਾਮ ਤੋਂ ਇੱਥੇ ਪੂਰਨ ਚੰਦ ਐਂਡ ਕੰਪਨੀ ਦੇ ਨਾਮ ਤੋਂ ਕਈ ਲੋਕ ਨਕਲੀ ਦੁਕਾਨਾਂ ਖੋਲ੍ਹ ਰਹੇ ਆ, ਬੋਰਡ ਦੇ ਉੱਤੇ ਪੂਰਨ ਚੰਦ ਲਿਖ ਰਿਹਾ। ਸੋ ਇਹੋ ਜਿਹੇ ਦੁਕਾਨਦਾਰਾਂ ਤੋਂ ਤੁਸੀਂ ਥੋੜ੍ਹਾ ਜਿਹਾ ਡਰ ਕੇ ਰਹਿਣਾ, ਕਿਉਂਕਿ ਉਹਨਾਂ ਦਾ ਮਕਸਦ ਹੈ ਕਿ ਪੂਰਨ ਚੰਦ ਕੰਪਨੀ ਨਾਮ ਪੜ੍ਹ ਕੇ ਕੋਈ ਕਸਟਮਰ ਸਾਡੇ ਕੋਲ ਆ ਜਾਵੇ ਅਤੇ ਅਸੀਂ ਉਹਨਾਂ ਲੁੱਟ ਕਸੁੱਟ ਕਰ ਲਈਏ। ਸੋ ਇਸ ਕਰਕੇ ਥੋੜ੍ਹੀ ਜਿਹੀ ਲੁੱਟ ਕਸੁੱਟ ਤੋਂ ਬਚਣਾ। ਵੀਡੀਓ ਦੀ ਸ਼ੁਰੂਆਤ 'ਚ ਅਤੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬੋਰਡ ਦਿਖਾਇਆ ਗਿਆ ਨੀਲੇ ਰੰਗ ਦਾ, ਉਹ ਸਾਡਾ ਓਰੀਜਨਲ ਬੋਰਡ ਹੈ। ਬਾਕੀ ਨੰਬਰ ਤੁਹਾਡੇ ਕੋਲ ਹੈਗੇ ਆ, ਜਦੋਂ ਵੀ ਆਉਣਾ ਬੋਰਡ ਦਾ ਸਕਰੀਨਸ਼ਾਟ ਲੈ ਕੇ ਆ ਜਾਓ, ਤਾਂ ਕਿ ਤੁਹਾਨੂੰ ਦੁਕਾਨ ਲੱਭਣ 'ਚ ਕੋਈ ਦਿੱਕਤ ਨਾ ਆਵੇ। ਬਾਕੀ ਫੋਨ ਨੰਬਰ ਤੁਹਾਡੇ ਕੋਲ ਹੈ, ਜਦੋਂ ਵੀ ਫੋਨ ਕਰੋਗੇ, ਜਿੱਥੇ ਵੀ ਖੜ ਕੇ ਫੋਨ ਕਰੋਗੇ, ਸਾਡੀ ਟੀਮ ਦਾ ਮੈਂਬਰ ਤੁਹਾਨੂੰ ਉੱਥੇ ਲੈਣ ਪਹੁੰਚੇਗਾ 2 ਮਿੰਟ ਦੇ ਵਿੱਚ ਵਿੱਚ ਜੀ। ਤੇ ਭਾਜੀ ਲਾਸਟ 'ਤੇ ਨਾ ਆਹ ਆਰਟੀਕਲ ਦਾ ਰੇਟ ਦੱਸ ਦਿਓ, ਮੈਨੂੰ ਪਿਆਰਾ ਲੱਗਾ, ਮੈਂ ਆਪੇ ਹੀ ਖੋਲਿਆ। ਭਾਜੀ ਇਹ ਵੈਲਵਟ ਦਾ ਸੂਟ ਹੈ ਜੀ, ਭਾਜੀ ਇਹ ਕੋਰੀਅਨ ਵੈਲਵਟ ਹੈ, ਬਾਜ਼ਾਰ 3-3 ਹਜ਼ਾਰ ਰੁਪਏ ਦੀ ਵਿਕਰੀ ਹੈ। ਆਪਾਂ ਭਾਜੀ ਤੁਹਾਨੂੰ 1,100-1,150 ਚ ਇਹਦੇ ਨਾਲ ਦੇ ਆਰਟੀਕਲ ਦੇ ਦੇਣੇ ਆ, ਡਿਜ਼ਾਈਨਰ ਕਨਸੈਪਟ। ਸੋ ਲਓ ਜੀ, ਤੁਸੀਂ ਤਕਰੀਬਨ ਵੈਲਵਟ ਦਾ ਇਸ ਤਰ੍ਹਾਂ ਦਾ ਆਰਟੀਕਲ ਮਾਰਕੀਟ 'ਚ ਲੈਣ ਜਾਓਗੇ ਨਾ, ਕਹਿੰਦੇ ਆ ਜੀ 2,000-2,500 ਦੇ ਵਿੱਚ ਵਧੀਆ ਵੈਲਵਟ ਤੁਹਾਨੂੰ ਦੇ ਰਿਹਾ, ਇਸ ਤਰ੍ਹਾਂ ਵਾ ਤੇ ਉਸ ਤਰ੍ਹਾਂ ਵਾ। ਤੁਸੀਂ ਵੇਖੋ ਕਿ ਭਾਜੀ ਨੇ ਅੱਧੇ ਨਾਲੋਂ ਵੀ ਘੱਟ ਰੇਟ ਕਰਤਾ ਵਾ, 1,100-1,200 ਦੇ ਵਿੱਚ ਇਸ ਤਰ੍ਹਾਂ ਦੇ ਵੈਲਵਟ ਦੇ ਪਿਓਰ ਅਸਲੀ ਵੈਲਵਟ ਆਏ। ਸੋ ਇਸ ਤਰ੍ਹਾਂ ਦੀ ਆਰਟੀਕਲ ਲੈ ਕੇ ਜਾਓ, ਐਡਰੈਸ ਹੇਠਾਂ ਮੈਂਸ਼ਨ ਕਰ ਦਿੱਤਾ ਵਾ, ਤੇ ਹੁਣ ਸੋਚਦੇ ਨਾ ਰਹੋ, ਛੇਤੀ ਛੇਤੀ ਆਓ ਤੇ ਹੇਠਾਂ ਦਿੱਤੇ ਨੰਬਰਾਂ 'ਤੇ ਕਾਲ ਕਰੋ, ਭਾਜੀ ਨਾਲ ਗੱਲਬਾਤ ਕਰੋ। ਭਾਵੇਂ ਤੁਸੀਂ ਪੰਜਾਬ ਦੇ ਕਿਸੇ ਕੋਨੇ ਤੋਂ ਇਹ ਵੀਡੀਓ ਵੇਖ ਰਹੇ ਹੋ, ਭਾਵੇਂ ਹਿਮਾਚਲ ਤੋਂ ਵੇਖ ਰਹੇ ਹੋ, ਹਰਿਆਣੇ ਤੋਂ ਵੇਖ ਰਹੇ ਹੋ, ਜਿੱਥੋਂ ਮਰਜ਼ੀ ਇਹ ਵੀਡੀਓ ਵੇਖ ਰਹੇ ਹੋ, ਜ਼ਰੂਰ ਪਹੁੰਚੋ।